ਇਨਸ਼ਾਅੱਲਾ ਇੱਥੇ ਨੂੰ ਜੁਮਾ ਪੜਾ ਕੇ ਰਫੀਕ ਦੀ ਫਸਲ ਕੱਢਾਂਗੇ ਇਨਸ਼ਾਅੱਲਾ। ਮੇਰਾ ਚਾਹਨੇ ਤੇ ਆਪਣਿਆਂ ਨੂੰ ਆਪਣਿਆਂ ਨਾਲ ਹੀ ਪਿਆਰ ਹੁੰਦਾ ਹੈ, ਦਿਲਬਾਨ ਹੁੰਦਾ ਹੈ। ਇਹ ਪਹਿਲਾ ਬੰਦਾ ਹੈ ਜਿਹੜਾ ਮੌਲਵੀ ਲੇਟ ਵੀ ਆਵੇ ਤੇ ਉਹਦੇ ਨਾਲ ਗੁੱਸੇ ਨਾਲ ਨਹੀਂ ਬੋਲੇ, ਨਹੀਂ ਤੇ ਮੈਂ ਅਕਸਰ ਵੇਖਿਆ ਦੂਰੋਂ ਜਾਓ ਜਾਓ। ਸੱਚੀ ਗੱਲ ਹੈ, ਅੱਲਾ ਜਾਂਦਾ ਦੂਰੋਂ ਵੇਖ ਕੇ ਕਹਿਣਗੇ ਜਾਓ ਜਾਓ ਲੇਟ ਹੋ ਗਏ। ਮੈਂ ਤੁਹਾਨੂੰ ਸਲੂਟ ਕਰਨਾ, ਜਿੰਨੇ ਬਜ਼ੁਰਗ ਬੈਠੇ ਨੇ ਨਾ ਇਹ ਸਫੇਦ ਦਾੜੀਆਂ ਲਿਆ ਦੀ ਅੱਲਾ ਨਹੀਂ ਮੋੜਦਾ, ਤੇ ਇਹਨਾਂ ਦੀ ਅੱਲਾ ਨਹੀਂ ਮੋੜਦਾ ਇਸ ਟਾਈਮ ਬੈਠੇ ਨੇ ਦਰਬਾਰ 'ਚ। ਤੇ ਮੁੰਡਿਆਂ ਦਾ ਤਾਂ ਮੈਂ ਸ਼ੁਕਰੀਆ ਨਹੀਂ ਨਾ ਅਦਾ ਕਰਨਾ, ਕਿਉਂਕਿ ਅੱਗੇ ਹੀ 2-3 ਵਜੇ ਤੱਕ ਮੋਬਾਈਲ 'ਤੇ ਲੱਗੇ ਰਹਿੰਦੇ ਨੇ ਰਾਤ। ਇਹ ਸਹੀ ਗੱਲ ਇਹਨਾਂ ਦੀ ਪ੍ਰੈਕਟਿਸ, ਬਾਬੇ ਸੌਂਜਿਆਂ ਦੇ ਨੀਸ਼ਾ ਪੜ੍ਹ ਕੇ ਉਹਨਾਂ ਤਜਦ ਪੜ੍ਹਨੀ ਹੁੰਦੀ, ਅੱਲਾ ਇਹਨਾਂ ਨੂੰ ਵੀ ਤਜਦ ਗੁਜ਼ਾਰ ਬਣਾਏ। ਪੜ੍ਹਨਾ ਨਾਥ ਮਿਲ ਗਏ ਅੱਲਾ ਦਾ ਹਬੀਬਾਂ, ਸਾਰਿਆਂ ਦੀ ਆਵਾਜ਼ ਆਏ ਨਾ ਜਰਾ ਮਿਲ ਗਏ ਅੱਲਾ ਦਾ ਹਬੀਬਾਂ ਕਮ ਬਣ ਗਏ ਗਰੀਬਾਂ ਦੇ। ਇਹਨੂੰ ਰੱਖੋ ਕੁਛ ਹੈ ਅੱਲਾ ਦਾ ਹਬੀਬਾਂ ਕਮ ਬਣ ਗਏ ਗਰੀਬ। ਇੱਕ ਨਾ ਤੁਸੀਂ ਹਜ਼ੂਰ ਦੀ ਨਾਥ ਪੜ੍ਹ ਲਓ ਫਿਰ ਮੈਂ ਅੱਗੇ ਗੱਲ ਚਲਾਵਾਂ, ਨਹੀਂ ਇੱਕ ਰੱਖ ਲਓ ਨਾ ਕੁਲੇ ਆ ਕੇ ਇਹਦੇ ਉੱਤੇ। ਮੈਗ ਲਾ ਲਿਆ ਉਹ ਚੰਨ ਤੂੰ ਮੈਗ ਲਿਆ, ਬਸ ਠੀਕ, ਕੱਲ ਨੂੰ ਮੈਗ ਲਾਇਆ, ਠੀਕ ਹੋ ਗਿਆ। ਮਿਲ ਨਦੀਆਂ ਦਾ ਪੀਲਾਇਆ ਹੋਏ ਜਗਤ ਸੁਨੇਰੇ ਨੇ, ਬੱਦਲ ਨੂੰ ਨੀਲਾਇਆ ਮੁੱਕੇ ਅਸਲੀ ਹਨੇਰੇ ਨੇ। ਸੋਨੇ ਤੇ ਦਰ ਥੋੜਾ ਜਿਹਾ ਪੁੱਤ ਥੱਲੇ ਆ ਜਾ ਮੇਰੇ ਚਾਰ ਆ ਜਾ, ਔਖੀ ਜਗ੍ਹਾ ਤੇ ਬਹਿਣਾ ਸੌਖਾ ਕੰਮ ਨਹੀਂ। ਅੱਛਾ ਧਿਆਨ ਧਿਆਨ ਅੱਲਾ ਖੁਦ ਪਰਮਾਇਆ ਦੁੱਖ ਮੰਗਦੇ ਸੁਣ ਕੇ ਦਾਨ ਸੁਣ ਕੇ ਇਸਲਾਮ ਦੀ ਦਾਵਤ ਸੁਣ ਕੇ ਸਾਰੇ ਕਾਹਦੇ ਦੇ ਦੁੱਧ ਚੁੱਕਦੇ ਕੇ ਪੜ੍ਹਨਾ ਅੱਲਾ ਦਾ। ਅੱਛਾ ਚਲੋ ਮੈਂ ਇੱਕ ਰਾਇਤ ਦਿੰਦਾ ਬਈ, ਜਿਹਦਾ ਜਿਹਦਾ ਨਬੀ ਹੈ ਪੁੱਤਰੋ ਸਾਹਿਬ ਤੇ ਹੋ ਜਾ ਪੁੱਤ, ਉਹਨੂੰ ਨਾ ਚਮੂਨੇ ਲੜਾ ਤੂੰ ਸਾਹਿਬ ਇੱਧਰ ਹੋ ਜਾ, ਤੈਨੂੰ ਹੁਣ ਵੱਖਰੇ ਚਮੂਨੇ ਲੜਨ ਲੱਗ ਪਏ, ਇੱਧਰ ਆ ਜਲਦੀ ਹੁਣ ਤਾਏ ਦਾ ਕੋਈ ਇੱਧਰ ਹੋ ਜਾ ਜਲਦੀ ਕਰ ਤਾਏ ਨੂੰ ਸਾਈਡ। ਬਜ਼ੁਰਗਾਂ ਨੂੰ ਪੁੱਛਾ ਨਹੀਂ ਕਰੀਦਾ, ਬਜ਼ੁਰਗ ਬੰਦੇ ਚੰਨ ਮੇਰਾ ਚੰਨ ਇਹ ਹਾਫਜ਼ ਹਾਫਜ਼ ਮੇਰਾ ਚੰਨ ਸਿਰ 'ਤੇ ਟੋਪੀ ਰੱਖਿਆ ਕਰ, ਮੈਂ ਪਹਿਚਾਣ ਲਵਾਂ ਸਿਰ 'ਤੇ ਟੋਪੀ ਰੱਖਿਆ। ਅੱਲਾ ਕਹਿੰਦਾ ਵੀ ਅੱਛਾ ਵੀ ਹਜ਼ੂਰ ਦੀ ਨਾਤ ਮੈਂ ਤੁਹਾਨੂੰ ਪੜ੍ਹਾਉਣੀ ਹੈ ਇਸ ਟਾਈਮ, ਅਤੇ ਤੁਸੀਂ ਜਰਾ ਇੱਕ ਰਾਤ ਮਿਲ ਕੇ ਸਾਹਮਣੇ ਬਣਨਾ, ਜਿੰਨਾ ਮਜਮਾ ਹੈ ਨਾ ਤੁਹਾਡੀ ਆਵਾਜ਼ ਮਸਜਿਦ ਦੀਆਂ ਦੀਵਾਰਾਂ ਨਾਲ ਗੂੰਜੇ, ਮੇਰੀਆਂ ਮਾਵਾਂ ਭੈਣਾਂ ਵੀ ਜਿਹੜੀਆਂ ਇੰਤਜ਼ਾਮ 'ਚ ਉੱਪਰ ਬੈਠੀਆਂ, ਅੱਲਾ ਬੈਠਣਾ ਕਬੂਲ ਕਰੇ, ਕਈ ਚਲੇ ਗਈਆਂ
ਜਿਹੜੇ ਚਲੇ ਗਏ ਨੇ ਅੱਲਾਹ ਉਹਨਾਂ ਦਾ ਵੀ ਸੁਣਿਆ ਕਬੂਲ ਕਰੇ, ਜਿਹੜੇ ਤੁਸੀਂ ਬੈਠੇ ਹੋ ਤੁਹਾਡਾ ਵੀ ਅੱਲਾਹ ਕਬੂਲ ਕਰੇ। ਨਾਲ ਮਿਲ ਕੇ ਪੜ੍ਹਨਾ ਜ਼ਰਾ ਸੁਣਾਏ, ਮਿਲ ਕੇ ਪੜ੍ਹਨਾ ਜ਼ਰਾ ਸੁਣਾਏ, ਸਾਰੀ ਦੁਨੀਆ ਵੇ ਫਤੀ ਗਈ ਏ, ਚੰਨ ਸ਼ਹਿਰ ਮਦੀਨੇ ਚੜਿਆ, ਠੜ ਪਾ ਲਓ, ਸਾਰੀ ਦੁਨੀਆ ਵੇ ਫਤੀ ਗਈ ਏ, ਚੰਨ ਸ਼ਹਿਰ ਮਦੀਨੇ ਜਿਹਨਾਂ ਜਿਹਨਾਂ ਪੜ੍ਹਿਆ ਉਹ ਪੜ੍ਹੋ, ਬਾਕੀ ਚੋਪੜਿਆਂ ਨੂੰ ਮੈਨੂੰ ਲੱਗ ਜਾਂਦਾ ਪਤਾ ਕਿਹੜਾ ਕਿਹੜਾ ਪੜ੍ਹਿਆ, ਸਾਰੇ ਪੜ੍ਹੋ ਮੇਰੇ ਮਗਰੋਂ, ਸਾਰੀ ਦੁਨੀਆ ਪੜ ਮੇਰਾ ਚੰਨ, ਸਾਰੇ ਪੜੋ ਲਾਲ ਟੋਪੀ ਉੱਚੀ ਪੜ ਮਿਲ ਕੇ, ਸਾਰੀ ਦੁਨੀਆ ਜਿਹੜਾ ਜਲਸਾ ਹੈ ਜਿਵੇਂ ਹੁਣ ਸ਼ੁਰੂ ਹੋਇਆ, ਅੱਲਾ ਦੀ ਕਸਮੇ ਠੰਡ ਪੈ ਗਈ ਲੋਕਾਂ ਦਾ ਬਾਸ, ਇੰਨੀ ਆਵਾਜ਼ ਨਿਕਲੀ ਹੈ, ਇੰਨੀ ਆਵਾਜ਼ ਨਹੀਂ ਨਿਕਲੀ ਜਦੋਂ ਦਾ ਜਲਸਾ ਸ਼ੁਰੂ ਹੋਇਆ। ਹੁਣ ਮਸਜਿਦ ਵੇਖ ਲਓ ਗੂੰਜਣ ਦੀ, ਉੱਧਰ ਤੂੰ ਬੋਤਲ ਖੜਕਾਈ ਜਾ, ਪੰਜਾਬੀਆਂ ਦੇ ਹੱਥ ਨਹੀਂ ਖਲੋਂਦੇ, ਕਸਮੇ ਉਂਝ ਵੇਲੇ ਬਹਿਣਗੇ ਤੇ ਮਸਜਿਦ ਦੇ ਕਲੀਨ ਦੇ ਧਾਗੇ ਖਿੱਚੀ ਜਾਣਗੇ, ਹਾਂਜੀ ਹੋਰ ਵੇਲੇ ਬਹਿਣਗੇ, ਹਾਂਜੀ ਤੇ ਨਵਾਂ ਜੀ ਮੈਲ ਕੱਢੀ ਜਾਣਗੇ, ਹੋਰ ਵੇਲੇ ਬਹਿਣਗੇ ਤੇ ਨਾਸਾਂ ਜੂਜੂ ਕੱਢੀ ਜਾਣਗੇ, ਹੱਥ ਨਹੀਂ ਖਲੋਂਦੇ। ਮੈਂ ਵੇਖ ਲਓ ਪੰਜਵੀਂ ਤਕਰੀਰ ਕਰਨ ਦਿਆਂ ਇੱਕ ਜਗ੍ਹਾ ਦੋ ਘੰਟੇ ਕੀਤੀ, ਸੁਣੋ ਤਿੰਨਾਂ ਜਗ੍ਹਾ 'ਤੇ ਮੈਂ ਡੇਢ ਡੇਢ ਘੰਟਾ ਕੀਤੀ, ਆ ਪੰਜਵੀਂ ਜਗ੍ਹਾ 'ਤੇ ਆਇਆ, ਜੇ ਸਾਢੇ ਚਾਰ ਅਤੇ ਦੋ ਕਿੰਨੇ ਹੋ ਗਏ, ਸਾਢੇ ਛੇ, ਆਹ ਕੋਈ ਕੋਈ ਬੱਚੇ ਨਹੀਂ ਚਲੋ ਗਏ, ਪਾਓ ਸਾਢੇ ਛੇ ਘੰਟੇ ਪੌਣੇ ਸੱਤ ਘੰਟੇ ਬੋਲ ਕੇ ਤੁਹਾਡੇ ਕੋਲ ਬੈਠਾ, ਤੇ ਵੇਖ ਲਓ ਮੇਰੇ ਤੇ ਕੋਈ ਸੁਸਤੀ ਕੋਈ ਤਬੀਅਤ ਚ ਕਾਹਲੀ ਐ ਚਮਕਦਾ ਪਿਆ ਕਿ ਨਹੀਂ, ਤੇ ਤੁਸੀਂ ਵੇਖ ਲਓ ਲੱਗ ਥਰਕੇ ਪਏ, ਤੁਸੀਂ ਮੌਲਵੀ ਇੰਨੇ ਸੁਣੇ, ਮੈਂ ਤੇ ਬੋਲ ਕੇ ਆਇਆ ਇੰਨੀ ਜਗ੍ਹਾ ਤੇ ਤੁਹਾਡੀ ਜ਼ਰਾ ਆਵਾਜ਼ ਮੇਰੇ ਨਾਲ ਮਿਲੇ, ਸਾਰੀ ਦੁਨੀਆ ਵੇ ਫਤੀ ਗਈਏ, ਚੰਨ ਸ਼ਹਿਰ ਮਦੀਨੇ ਚੜਿਆ, ਠੰਡ ਪਾਤੀ ਦੇ ਕਸਮੇ ਮੈਂ ਕੱਲ ਵਿਹਾਰੀ ਤਕਰੀਰ ਕਰਨੀ, ਤੈਨੂੰ ਇੱਥੇ ਕਵਾਂਗਾ ਆਈ ਵਿਸ ਯੂ ਅ ਕਬਰਾਂ ਬਾਹਰ, ਕਸਮੇ ਵਿਸ ਕਰਦਾ ਹੂੰ, ਕਰਾਂਗਾ ਜਾ ਕੇ ਉੱਥੇ, ਤੇ ਨਾਲ ਤੇ ਢਾਈ ਵੀ ਵਜੇ ਜ਼ਰਾ ਧਿਆਨ, ਢਾਈ ਵਜੇ ਭਾਈ ਅਕਬਰ ਸਾਰੇ ਜਨਾਬ ਐਨ ਲਸ ਪਸ ਬੋਲਦੇ ਪੈ ਸਨ, ਹਾਂਜੀ ਪਿਆਰ ਮੈਂ ਮੇਰੇ ਚੰਨਾਂ ਨੂੰ ਮੇਰਾ ਮੱਖਣ ਸਾਰੇ ਇਹ ਪਿਆਰ, ਬੈਠਾ ਪੁੱਤਰ ਬੈਠ ਜਾਓ, ਹੁਣ ਗੱਲਾਂ ਸੁਣੋ ਬੈਠ ਜਾਓ ਧਿਆਨ ਨਾਲ, ਮਿਲ ਕੇ ਬਣਨਾ ਪਿਆਰ ਨਾਲ ਰਸੂਲ ਆਵੇ ਸਾਡਾ ਮੁਰਸ਼ਿਦ ਸੋਨਾ ਅਰਬੀ ਏ, ਸਾਡਾ ਮੁਰਸ਼ਿਦ ਸੋਨਾ ਅਰਬੀ ਏ, ਉਹਦੇ ਪਿਆਰ ਦਾ ਕੋਈ ਦਰਦੀ ਏ, ਸਾਰੀ ਦੁਨੀਆ ਮੁਰਸ਼ਿਦ ਫੜਦੀ ਏ, ਅਸਾਂ ਮੁਰਸ਼ਿਦ ਚੁੰਮੇ ਫੜਿਆ, ਸਾਰੀ ਦੁਨੀਆ ਵੇ ਗੱਦੀ ਪਈ ਏ, ਚੰਨ ਸ਼ਹਿਰ ਬਣੀ ਏ, ਸਾਰੀ
جس سونے نبی نو پایا ساری دنیا ویکھدی پئی چل شہر مدینے چلیا اچھا میں اج تانوں ایک گل دساں حضرت بلال حبشی کولیاں تے بولے اج میں تہاڈی مسیت ثابت کرن لگا ہے کہ تہاڈی وی روح بولے گی جدوں میں شعر پڑھنا ہے نا لکھا لو اکبر صاحب میرے کول آج جدوں میں شعر پڑھنا ہے نا انہاں بندیاں دی روح بولنی جی اج تسی اینی کچی سبحان اللہ تہاڈے اندروں نکلنی اندروں جاؤ گی تو میں شعر پڑھنا مینوں اللہ تے یقین ہے میں تہاڈوں چیلنج دے کے کہنا ہے جڑا کدی نہ بولیا او دی روح وی بولے گی مینوں یقین ہے جڑا میں لفظ کہنا ہے نا جد نام محمد پڑھیا میں تہن کیا سنا تاری روح بھی بولے گی اسٹیج والے تھی بھی پڑھو میرے چنو تاری آواز اگلے کی آواز زیادہ ہوں میں دوبارہ پڑھنا دنیا سوندی خوشی کیوں جان دے دے جان جان نظرہ خلگی مار دے دے رجی جان جان نظرہ خلگی مار دے دے نینو نندہ جان دے علم دے تارے جواب دیتا ہو ساڑی پہ ذرا نا جان دیئے واسی جلے اکبر آباد آ جائیے کملی والے محبوب دی آواز آ رہی ہے وہ مصطفیٰ دی شان دے کیا کہ کیا کملی والے محبوب دی عزت دے کیا کہ اسلام دی تعلیم کی ہے اسلام سرانا کانفرنس میرے بھائی اکبر رحمانی صاحب اللہ جانتا ہے دستار مولوی صاحب ابو سلام رفیق رحمانی صاحب جنہیں نام میرے چنا دل کے دوست باپ بیٹھے نے میں سب نو خراج تحسین پیش کرنا ہے کہ اللہ دے گھر نو ٹہلاں لالیاں نے سیدھی سونی سلن کرا لی مسجد خوبصورت بنا لی کائنات سردار نبی مانو میری بہن تو ہی تے ہم نہ سن لے میری بہن تو ہی تے ہم نہ سن لے احمد خون کا باپ محمد مصطفیٰ باپ مانو مانو پھر سال میں بھی باپ مانو مسلمانوں
اسلام دی دعوت کیسی ہے، اسلام کیویں پہلے آئے نا؟ ایک بندے نے آن کے میرے نبی دی مسجد دے اندر پیشاب کرنا شروع کر دیتا ہے، تے نبی پاک دا شان ہے موقع ٹائم جو نہ جاندے بتا مرض نہ دسے وہ تبھی بتا کہڑا دلا چلا وسے وہ حبیب بتا اللہ جانتا ہے مصطفیٰ کچھ نہیں کچھ نہیں لاؤ لاؤ کچھ نہیں یہ بھی رہن دے آج آ گیا یار میں اچھا جی ان شاء اللہ میں انہوں کرنا ذرا سینڈ ادھر سینڈ ہر قسم کی امر سنا اللہ وحدہ لا شریک کی ذات پاک واسطے درود و سلام تاجدار مدینہ سرو عقل بسینہ ساقی کوثر شاقی محشر ہادی رحمت نبی القبلہ طیب سیدنا رفیق نبی مکرم جناب محمد مصطفیٰ کی مسجد کے اندر بندہ آن کے پیشاب کرنا، مصطفیٰ نے کیسا منظر پیش کیتا، ایسی دعوت اسلام، کس طرح نبی پاک نے دعوت پیش کی تھی کہ آن والے نے اپنا کام کر لیا، تو حضور نے کوئی کی فرمایا صحابہ اٹھے کہ سونے سارا دل کرتا اسی انہوں پھینٹی لائیے انہوں ماریے، نبی کریم نے فرمایا جو لطانے دے اندر مارے تے اوہ دے بیچارا جو اٹی چوے نا سودا وہ ملتا ہے، اونچی بولو سودا، جو اٹی چوے سودا وہ ملتا ہے، آج کنے بیٹھے ہو نبی پاک دے یارہ نے ویکھے انہیں چھوٹا پیشاب کیتا ہے تے جے ہوندا ہے ساڈے والی مسجد تے انہاں نے کٹ کٹ وڈا وی کڈ دینا سی، چلو اسی برداشت نہیں رکھدے مسلمان، اسی مسجداں چ برداشت نہیں رکھدے، ایک دوسرے دے بارے اس نے جان رکھو، جنیاں محلے دیاں مسجداں نے کوئی اٹھا دن چ ایک ایک دن ایک ایک مسجد تے جایا کرو، لجوں کلجوں تہاڈے ہوندے آ مولوی تہاڈے خلاف تے نہیں نا بولے، تے جے جانا ہی نہیں اگلا جو مرضی کرے، محلے دی مسجد چ ایک دوسرے دی مسجد چ جایا کرو، اور اتھے نمازیاں نال تہاڈی دوستی ہوئے، کم دا کم ایک سنائے گا دو سنے گا دو سنائے گا ایک سنائے سنے گا تے پھر ہی دو سنائے گا، تے جے جانا ہی نہیں تے دین دی دعوت کیویں، اے دعوت اسلام جڑی کانفرنس میں اس حوالے نال اج گفتگو کرنی تاں کہ پتہ چلے کہ دعوت پھیلی کیویں سی، اسلام پھیلیا کیویں سی، اسی پھلاونے ہاں صرف اشتہاراں نال، اسی پھلاونے ہاں صرف گلاں نال نعریاں نال، مگر جڑا اسلام اصل پھیلیا سی نا وہ کس طرح پھیلیا سنیا جی، میاں صاحب فرماتے ہیں جو بتا دے اندر ہمارے تے وہ تے وے بیچارا کتوں دے وے تینو نال محمد تے کونے وچ والا جتے ہوئے ایک کملا انہوں سمجھاوے ویڑا، جتے ہوئے ویڑا کملا انہوں سمجھاوے کہ اتنے ماں بھی اینی تھی بھی اینی پوت بھی اینا اینا ہے جوائی رب نے سانو پاگ لایا گو نو بھی اینی آئی، یہ کچھ سمجھاؤ والے بھی کملے، وہ جتھے ساریا تارا گرم ہو جان وہ نظام نہیں چلتا، ایک تار ٹھنڈی رہے ایک گرم رہے تو پھر کام چلتا، سنیا جی سیابا بڑے گرم ہوئے تو مصطفیٰ نرم ہوئے، اللہ نے اپنا
اپنے نبی نو کیسا اخلاق کمدہ دیتا سی کہ او سامنے بیٹھا ہے پیشاب کر لیا نے آپ فرماندے نے نو روکنا نہیں میرے نبی فرماندے نے نو کدے بیماری نو نہ بھیجائے میرا نبی کیسا کھل کے زندہ مارک نبی ہے کہ آپ نو اپنے تے اپنے بگانے اندر بھی خیال ہے آپ نو تے اپنے تے اپنے بگانے اندر بھی خیال ہے ذرا سنو ذرا تیار نہ ہی میری یہ پہنے تم ہی تیار نہ سن لاؤ آج سادہ کس رہا دا کردار ہے اللہ جاندہ وے کڑم کڑم دا رشتہ میں میرا گناہ دے ماں ہوئی رشتے داری کرن لگے اب بڑا کہن گے فلانے دی ساس دا ناک میرے ور گئے او دے سورے دا ناک فلانے ور گئے سورے دا جی واج ساڑی دادی ور گئی ہے اسی تے انجی جی میں پہلو ملے انہیں گلہ ہوں دیا میں بھی ہاں تو پہلو ساڑا تے انج لگ دا جی میں اسی دوروں نیڑے اور رشتے دار ہے اپنی اپنی گلہ ملا لے میں آؤں میری یہ پہنے تم ہی تے آمنا سوڑا ہو دیکھنا اسلام دی دعوت کی میں پہلی آج ساڑے کران دے نظام کیوں خراب نہیں پتر لیٹ بند کر موبیل دی کھانو پہن دی گل بڑی وڈی ہے میرا گل سنوانی ہے میری یہ پہنے تم ہی تے آمنا یار ہن سرگی دا ویلا ہے ہن دو چار گلہ میں کر لیں دو تو ہن ڈسٹربنگ نہیں کرنی بس گفتگو کرن دے بند کرو ان موبائل نو سنو تانو اللہ دا واسطہ جے بہ گئے جے نا ہن میں کوئی چار گلہ لوکاں سمجھا لین دو تانا میں کنا لاڈ کیتا ہے تانو میں کچھ کیا ہوں دیا صرف ان گفتگو سنو میں چاہنا ہے جنہیں کوئی اتہ جت ویلے کوئی اللہ سر تے رحمت کر دے لفظ سنے جے تے آن نہیں قربنیاں قربنیاں نو ویکھ نہیں سکاندیاں میں ویکھیا نا اللہ جاندا ہے جے لڑائی ہو جے ویاہ تو بعد ایک دوجے دے کمرے چ نہیں بیندیاں پانی نہیں پیندیاں میں تیرے گھر آ گئی ہے پر پانی نہیں پینا اے ساڈی باڈی وین لینگویج ہے ساڈے گھراں دی بولیاں نے پر میرے نبی دا کردار کیسا ہے آپ مسجد نبی دے اندر بیٹھے ہوئے نے کائنات دے سردار نبی مسجد چ بیٹھے نے آپ فرماندے نے میرے صحابہ اینو وکھاؤ نا او غسل کر لے او طہارت کر لے اے عبادت کر لے آپ نے ایک پانی دا ڈول منگایا ہے اے نہیں کیا تسی ڈولو تے ویپر مارو میرے نبی نے پانی دا ڈول منگایا ہو اپنے یدین پاک نال میرے نبی نے اینج کر کے ڈول پانی دا روڑ دیتا ہو ادھر زمین تے میرے نبی نے پانی روڑیا ہو فرش مسجد نبی دا صاف ہو گیا ہو آپ فرماندے نے بیٹا اے عبادت خانہ میں ایتھے زمین تے فرش تے میرے نبی نے فرش صاف کیتا ادھر اللہ نے عرش تے او دا دل صاف کر دیتا دل تو تالا دعوت سی نہ کوئی اشتہار چھپایا نہ کوئی سپیکر لایا نہ کوئی دیگ لائی میرے نبی نے سامنے کھڑے نے یار نے الکی تے کمی والے آسایا بابا اے مالا تے کاجل والے اے مالا تے کاجل والے اینے پیشاب کیتا ہے ادھر اینی نرمی ہے کہ فرش بھی آپ تو ہوتا ہے میرے نبی فرماتے ہیں پترا میں کون قرآن دوما ارسل اللہ کا الا رحمت من العالمین لقد جاءكم رسول من انفسكم عزيز عليه ما عنتم حريص عليكم بالمؤمنين رؤوف رحيم اللہ نے اپنے نبی نو رحمت عالم بنا کے بھیجے اپنے علی نہیں بگانے علی بھی سر سنیا جے مسجد نبی ہے خدا سونیا کلمہ پڑھاؤ تے مسلمان کر لو ایک میں ہی نہیں ان پر قربان زمانہ کی مسئلہ یار کی وجہ اتلا نہیں ایسے لے نہ چلاؤ یار اتلا ہن جلسہ مک گیا ہن بند کرو اتلا بس نہ چلاؤ اے اندر لئی صحیح مدہ مناسب نہیں لوگ ستے میں بگا بند کرو ہم اتلا اپنا ایک نہیں تایو سارے جہان تے چا گیا
گل کرنا چاہے سنو میرا دھیان دینا میرے نبی نے کیویں دعوت دتی ہے ان کا میتن و ان امیتن و ما محمد الا رسول قد خلت من قبل الرسل آفا امات اج میرے نبی کریم نبی الیوم اکملت لکم دینکم و اتممت علیکم نعمتی و رضیت لکم الاسلام دینا اج میرے نبی کریم خطبہ حجت الوداع پڑھ رہے نے میرے نبی نے زندگی چ کہا حج پڑھے آئے آپ اپنے یاراں نوں لے کے بیت اللہ چ چلے گئے نے اللہ سونیا کرونا وائرس ایدے تو محفوظ فرماں حاجی وی پریشان نے حاجنا وی پریشان نے تیرے گھر دا لوگ مذاق اڈا رہے نے اللہ انہاں نوں دنیا چ عبرت دا نشان بنا دے جڑے بیت اللہ دا مذاق اڈا رہے نے حرم دا مذاق میں فیس بک تے ویکھے آئے کئی ایڈیاں تے کہندے نے کہ اللہ سون اگر تیرا رب سچا ہے تے اپنے گھر دیاں تے آونا فاستا کرے معوذ باللہ استغفر اللہ ویکھو نا لوکی اللہ تو وی باز نہیں آندے اللہ نوں وی لوکی جناب الگ گلاں شروع کر دے فیس بک پری پئی ہے جا کے ویکھاں پر برباد ہو جاؤں گے اللہ بنا جی دنیا دے تے اپنے گھر دا وی راکھا ہے اللہ اپنے نبی دے شہر دا وی راکھا ہے میرے نبی کریم بیت اللہ تے تمام کر دے آپ میدان عرفات چلے جاندے نے میرے نبی فرماندے نے جڑا نو ذوالحج نوں عرفات پہنچ جائے او دا حج قبول ہو جاندا ہے بیٹا توجہ رکھو نا میرا چھوڑو موبائل تے گفتگو سنانا میرے نبی کریم نوں ماننے والو جان جدو عرفات چا جی ہوندے نے پتھر دل رو پیندے نے حاجنا وی روندیاں نے حاجی وی رو رہے نے او اپنے کیتے گناہ تے سب نو یاد اپنی کرتوتاں تے سب نو یاد ہوندیاں نے اپنے نیندرے بھاجیاں تے سب نو یاد ہوندیاں نے میرے نبی نو ماننے والا عرفات دے دن ویکھیا جے جنوں وقوف عرفات کہندے نے یوم عرفات دن وی کہندے نے میں ویکھیا جے کوئی کروڑ پتی تے گل چ کفنی ہے جے کوئی بادشاہ تے گل چ کفنی ہے جے کوئی وزیر تے گل چ کفنی ہے جے کوئی مشیر تے گل چ کفنی ہے دو چادراں کفن دیاں لے کے لوگ مرا جی میدان عرفات اندر بیٹا چھوڑ موبائل توجہ میرے چن سیدا کے بیٹھ ادھر مینوں پھڑا نا ذرا توجہ میرے وال میرا چن اڑا لیا گل بڑی وڈی ہو میرا چن کچھ نہیں کہندا اڑا پھڑا نا میرے چن دوسرا وی لیا اڑا میرے مکھن ذرا تیان کریا جے گل بڑی وڈی ہے میرے پترو ویکھنا تائیں تے اللہ جاندا وے سکا پیا میرا چن او میرا مکھن نا نہیں کریا کر یلو شنگ میرا چن میری مان تو میرا چن تو اپنے ماں باپ دیاں اکھاں دی ٹھنڈک بن جائے اللہ تینوں حیاتیاں دے وے تے صحت والی تے لمبی زندگی دے وے ایس لفظ سنیا جے میرے نبی نو ماننے والو جے کو کروڑ پتی تے گل چ کپنی اے جے کو ارب پتی تے گل چ کپنی اے جے کو لاکھ پتی تے گل چ کپنی اے اوتھے کفنیاں پا کے میں ویکھیا وے پتھر دے لو رہے ہوندے نے ربنا آتنا فی دنیا حسنۃ و قنا حسنۃ و قنا عذاب النار اوتھے سارے رو رہے ہوندے نے میں ویکھیا وے پتھر دل وی رو رہے نے اوئے حاجیو عرفات چ جا کے شکوے نہ کریا کرو سانو ایتھے سہولتاں نہیں ملیاں او جدوں جانے ہی معافیاں منگنے جدوں جانے ہی بنا دی سبھی دے دربار اندر تے جان دے جے ایتھے گناہ یاد آ جے بندے رو پیندے نے اوتھے تے عرفات میدان اندر ہر بندے نو اپنی پئی ہوندی اللہ مینوں معاف کر دینا قسمے جے تیرے میرے گناواں دا لوکاں نو پتہ چل جے اسی ایک دن وی زندہ نہ رہ سکے اے مالک نے تیریاں میریاں عزتاں رکھی ہوئیاں شہنشاہ نے تیرے دل تے پردے پائے ہوئے نے اے با
ਬੰਦਾ ਬੰਦੇ ਤੇ ਪਰਦੇ ਨਹੀਂ ਪਾਉਂਦਾ, ਪੈਰਾਂ ਪੈਰਾਂ ਤੇ ਪਰਦੇ ਨਹੀਂ ਪਾਉਂਦੀਆਂ, ਵੀਰ ਵੀਰਾਂ ਤੇ ਪਰਦੇ ਨਹੀਂ ਪਾਉਂਦੇ, ਕੁੜਮ ਕੁੜਮਾਂ ਦੇ ਪਰਦੇ ਨਹੀਂ ਰੱਖਦੇ, ਉਸਤਾਦ ਸ਼ਗਿਰਦਾਂ ਦੇ ਪਰਦੇ ਨਹੀਂ ਰੱਖਦੇ। ਵਾਹ ਬੇਨਿਆਜ ਰੱਬਾ ਤੇਰੇ ਤੋਂ ਸਦਕੇ ਜਾਵਾ, ਨੀਲੀ ਛੱਤ ਵਾਲਿਆ ਅਲਿਆਂ ਦੇ ਗੁਨਾਹ ਰੋਜ਼ ਮਿਲਣੇ, ਫਿਰ ਵੀ ਇੰਤਜ਼ਾਰ ਕਰ ਲੈ ਤੇ ਸ਼ਾਮ ਨੂੰ ਆ ਜਾਏਗਾ, ਫਿਰ ਵੀ ਇੰਤਜ਼ਾਰ ਕਰ ਲੈ ਤਜਤ ਵੇਲੇ ਆ ਜਾਏਗਾ, ਫਿਰ ਵੀ ਇੰਤਜ਼ਾਰ ਕਰ ਲੈ ਆਖਰੀ ਵੇਲੇ ਆ ਜਾਏਗਾ। ਕਿਆ ਮੰਦਰ ਕਸਮੇ ਐਸ ਵੇਲੇ ਮੈਨੂੰ ਆਪਣੀ ਮੌਤ ਯਾਦ ਆ ਗਈ, ਆਪਣਾ ਰੱਬ ਯਾਦ ਆ ਗਿਆ, ਤੈਨੂੰ ਆਇਆ ਕਿ ਨਹੀਂ ਆਇਆ, ਮੈਂ ਵੇਖ ਰਿਹਾ ਅੱਖਾਂ ਰੋ ਰਹੀਆਂ ਨੇ ਅਸ਼ਕ ਬਾਰ ਨੇ, ਮੈਂ ਵੇਖਿਆ ਬੀਬੀਆਂ ਵੀ ਰੋ ਰਹੀਆਂ ਹੁੰਦੀਆਂ, ਬੰਦੇ ਵੀ ਰੋ ਰਹੇ ਨੇ, ਜਦੋਂ ਹਾਜੀ ਪੜਦੇ ਨੇ ਰੱਬਾ ਨਾ ਆਪੀ ਨਾ, ਅੱਲਾ ਸਾਡੀ ਮਾਂ ਨੂੰ ਜਿਵੇਂ ਮਾਫ ਕੀਤਾ ਸਾਨੂੰ ਮਾਫ ਕਰ ਦੇ, ਸਾਡੇ ਬਾਬਾ ਜੀ ਆਦਮ ਨੂੰ ਜਬਲੇ ਰਾਮਤ ਤੇ ਜਿਵੇਂ ਮਾਫ ਕੀਤਾ, ਕਸਮੇ ਪਹਾੜੀ ਤੇ ਖਲੋ ਕੇ ਅੱਜ ਹੀ ਰੋ ਰਹੇ ਹੁੰਦੇ ਨੇ, ਤੇ ਜਦੋਂ ਆਪਣੇ ਗੁਨਾਹ ਯਾਦ ਆ ਜਾਣ ਤੇ ਅੱਖਾਂ ਗੇਰੀ ਚੱਲਦੀ ਏ, ਫਲਾਣੀ ਜਗ੍ਹਾ ਤੇ ਮੈਂ ਇੰਜ ਕੀਤਾ ਸੀ, ਫਲਾਣੀ ਜਗ੍ਹਾ ਤੇ ਮੈਂ ਇੰਜ ਕੀਤਾ ਸੀ, ਫਲਾਣੀ ਜਗ੍ਹਾ ਤੇ ਇੰਜ ਕੀਤਾ, ਹਰ ਬੰਦੇ ਨੂੰ ਪਤਾ ਹੁੰਦਾ ਏ। ਉਸ ਵੇਲੇ ਫਿਰ ਪੱਥਰ ਦੇ ਵੀਰੋ ਪੈਂਦੇ, ਰੋਟੀ ਨਹੀਂ ਲੰਘਦੀ, ਮੈਂ ਵੇਖਿਆ ਉਸ ਦਿਨ ਤੇ ਵੀਰਾ ਪਾਣੀ ਪੀਣ ਨੂੰ ਵੀ ਜੀ ਨਹੀਂ ਕਰਦੇ, ਅੱਲਾ ਜਾਣਦਾ ਪੱਥਰ ਦੇ ਬੰਦੇ ਵੀਰੋ ਪੈਂਦੇ ਨੇ। ਮੇਰੇ ਨਬੀ ਫਰਮਾਉਂਦੇ ਨੇ, ਇੰਜ ਮੇਰੇ ਨਬੀ ਡਾਚੀ ਤੇ ਬੈਠੇ ਹੋਏ ਨੇ, ਜਿੱਥੇ ਮਸਜਿਦ ਨਮਰਾਏ ਮੇਰੇ ਨਬੀ ਦੀ ਡਾਚੀ ਖੜੀ ਏ। ਆਪ ਫਰਮਾਉਂਦੇ ਨੇ, ਮੇਰੇ ਪੁੱਤਰੋ ਮੇਰੇ ਕੋਲ ਹੱਜ ਦੇ ਤਰੀਕੇ ਸਿੱਖ ਲਾਉਣਾ, ਫਿਰ ਪਤਾ ਨੀ ਮੁਲਾਕਾਤ ਆਉਣੀ ਕਿ ਨਹੀਂ ਆਉਣੀ, ਸਿਹਾਬਾ ਨੇ ਕੋਈ ਗੱਲ ਸਮਝੀ ਨਾ। ਆਪ ਫਰਮਾਉਂਦੇ ਨੇ, ਪੁੱਤਰੋ ਅੱਜ ਤੋਂ ਬਾਅਦ ਮੇਰੀ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਏਗੀ। ਹੋ ਸਕਦਾ ਹੈ ਇੱਕ ਬੀਬੀ ਆਈ ਭੱਜੀ ਭੱਜੀ, ਸੋਹਣਿਆ ਨਬੀਆਂ ਮੈਨੂੰ ਮਸਲਾ ਦੱਸ ਦੇ। ਆਪ ਫਰਮਾਉਂਦੇ ਨੇ, ਬੀਬੀ ਕੱਲ ਨੂੰ ਆ ਜਾਈ। ਆਂਦੀ ਏ, ਸੋਹਣਿਆ ਜੇ ਕੱਲ ਨੂੰ ਨਾ ਤੁਸੀਂ ਮਿਲੇ, ਤੁਸੀਂ ਅੱਲਾ ਕੋਲ ਚਲੇ ਗਏ ਤੇ ਮੈਨੂੰ ਮਸਲਾ ਕੌਣ ਦੱਸੇਗਾ? ਆਪ ਫਰਮਾਉਂਦੇ ਨੇ, ਬੀਬੀ ਮੇਰਾ ਅਬੂ ਬਕਰ ਤੈਨੂੰ ਮਸਲਾ ਦੱਸ ਦੇਵੇਗਾ। ਵੇਖਣਾ ਮੇਰੇ ਨਬੀ ਨੂੰ ਅੱਲਾ ਨਾਲ ਕਿੰਨੀਆਂ ਪ੍ਰੀਤਾਂ ਨੇ, ਤੂੰ ਦੁਨੀਆਂ ਨਾਲ ਦਿਲ ਲਗਾ ਬੈਠਾ ਏ, ਕਸਬੇ ਸਗਦੀ ਦੁਨੀਆਂ ਚ ਰਹਿ ਕੇ ਕਰਨਾ ਕੀ ਏ? ਬੀਵੀਆਂ ਨਾਲ ਬੱਚਿਆਂ ਨਾਲ ਬੰਦਾ ਕਿੰਨਾ ਪਿਆਰ ਕਰਦਾ ਹੈ, ਪਰ ਫਿਰ ਵੀ ਬੀਵੀਆਂ ਆਉਂਦੀਆਂ ਨੇ, ਅਸੀਂ ਤੁਹਾਡੇ ਤੋਂ ਸੁਖੀ ਨਹੀਂ। ਕਿੰਨੀਆਂ ਔਲਾਦਾਂ ਲਈ ਬੰਦੇ ਮਕਾਨ ਬਣਾਉਂਦੇ ਨੇ, ਇਹ ਦੁਨੀਆਂ ਕਿਸੇ ਤੇ ਰਾਜ਼ੀ ਨਹੀਂ ਹੁੰਦੀ, ਇਹ ਭਰਾ ਰਾਜ਼ੀ ਨਹੀਂ ਹੁੰਦੇ, ਇਹ ਵੀਰਾ ਮਾਪੇ ਰਾਜ਼ੀ ਨਹੀਂ ਹੁੰਦੇ, ਇਹ ਦੁਨੀਆਂ ਕਦੋਂ ਕਿਸੇ ਤੇ ਰਾਜ਼ੀ ਹੋਈ ਏ? ਆਪਣੇ ਮਾਲਕ ਨੂੰ ਰਾਜ਼ੀ ਕਰ ਲਈਏ, ਇਹ ਦੁਨੀਆਂ ਕਿਸੇ ਤੇ ਰਾਜ਼ੀ ਨਹੀਂ ਜੇ ਹੁੰਦੀ। ਲਫ਼ਜ਼ ਸੁਣਿਆ ਜੀ ਅੱਜ ਦਰਦ ਵਾਲੇ, ਮੇਰੇ ਨਬੀ ਫਰਮਾਉਂਦੇ ਨੇ, ਖੁਤਬਾ ਹਜ਼ਰਤੁਲ ਵਿਦਾ ਸ਼ੁਰੂ ਹੋ ਗਿਆ ਏ। ਆਪ ਫਰਮਾਉਂਦੇ ਨੇ, ਉਹ ਮੇਰੇ ਪੁੱਤਰੋ ਬੱਚਿਆਂ ਦਾ ਖਿਆਲ ਰੱਖਿਆ ਜੇ, ਮੇਰੇ ਪੁੱਤਰੋ ਯਤੀਮਾਂ ਦਾ ਖਿਆਲ ਰੱਖਿਆ ਜੇ, ਮੇਰੇ ਬੱਚਿਓ ਬੇਵਾ ਔਰਤਾਂ ਦਾ ਖਿਆਲ ਰੱਖਿਆ ਜੇ। ਆਪ ਫਰਮਾਉਂਦੇ ਨੇ, ਸਿਲਾ ਰਹਿਮੀਆਂ ਕਰਦੇ ਰਿਹਾ ਜੇ, ਕਿਸੇ ਨਾਲ ਕਤਾ ਤਲਕ ਨਾ ਕਰਿਆ ਜੇ। ਮੇਰੇ ਨਬੀ ਫਰਮਾਉਂਦੇ ਨੇ, ਕਿਸੇ ਗੋਰੇ ਨੂੰ ਕਾਲੇ ਤੇ ਕੋਈ ਅਹਿਮੀਅਤ ਨਹੀਂ, ਕਿਸੇ ਕਾਲੇ ਨੂੰ ਕਿਸੇ ਗੋਰੇ ਤੇ ਕੋਈ ਅਹਿਮੀਅਤ ਨਹੀਂ। ਅੱਲਾ ਜਾਣਦਾ ਗੱਲ ਬੜੀ ਵੱਡੀ ਏ, ਇਹ ਜਿਤਨੀਆਂ ਅੱਖਾਂ ਰੋੜੀਆਂ ਨੇ, ਮੇਰੇ ਨਬੀ ਨੇ ਚਾਨ ਖੁਤਬੇ ਚੈਤ ਪੜ ਦਿੱਤੀ, ਹਜ਼ਰਤ ਉਮਰ ਉੱਚੀ ਉੱਚੀ ਰੋਣ ਲੱਗ ਪਏ। ਸਦੀਕੇ ਅਕਬਰ ਜਾ ਕੇ ਕਹਿੰਦੇ ਨੇ, ਉਸ ਨੂੰ ਕਿਹਾ ਲਓ, ਹੋਏ ਉਮਰ ਬਣੇ ਖਤਾਬ ਰਜ਼ੀ ਅੱਲਾਹ ਤਾਲਾ ਨੂੰ, ਇਹ ਉਮਰ ਕਿਉਂ ਰੋਏ? ਕਹਿੰਦੇ ਨੇ, ਅਬੂ ਬਕਰ ਤੈਨੂੰ ਪਤਾ ਨੀ ਲੱਗਦਾ, ਨਬੀ ਪਾਕ ਫਰਮਾ ਰਹੇ ਨੇ, ਹਜ਼ਰਤ ਅਬੂ ਬਕਰ ਸਦੀਕ ਨੂੰ ਜਾਣਨਾ ਵੇ, ਪੈਗੰਬਰ ਦਾ ਮਾਣਾ ਪੈਗਾਮ ਰਸਾ ਨਹੀਂ ਕਰਨਾ ਹੁੰਦਾ ਏ। ਇਹਦਾ ਮਤਲਬ ਏ, ਜਦੋਂ ਕੁਰਾਨ ਮੁਕੰਮਲ ਹੋ ਗਿਆ ਹੁਣ ਵਹੀ ਆਣੀ ਕੋਈ ਨਹੀਂ, ਨਬੀ ਪਾਕ ਸਾਡੇ ਕੋਲ ਚੰਦ ਦਿਨ ਦੇ ਮਹਿਮਾਨ ਨੇ।
ਬਾਬੀ ਹੋਰੇ ਮੇ ਓਏ ਮੇਰੇ ਆਵੀਰਾ ਓਏ ਇੱਥੇ ਤੇਰਾ ਮੇਰਾ ਮਾਂ ਪਿਓ ਕਵੇ ਨਾ ਫਲਾਣੇ ਨੂੰ ਬੁਲਾਉਣ ਮੋਇਆਂ ਨੂੰ ਯਾਦ ਕਰਨ ਲੱਗ ਪਏ ਤੇ ਬੰਦੇ ਕੰਨ ਜੋੜ ਲੈਂਦੇ ਨੇ ਅੱਬਾ ਵੱਡਿਆਂ ਨੂੰ ਯਾਦ ਕਰਨ ਲੱਗ ਪਏ ਭੈਣਾਂ ਨੂੰ ਭਰਾ ਪੂਰ ਕਰਦੇ ਨੇ ਭੈਣ ਛੇਤੀ ਆ ਜਾ ਅੱਬਾ ਪੁਰਾਣਿਆਂ ਨੂੰ ਯਾਦ ਕਰਨ ਲੱਗ ਪਏ ਭੈਣ ਛੇਤੀ ਆ ਜਾ ਅੱਬਾ ਵੱਡਿਆਂ ਨੂੰ ਯਾਦ ਕਰਨ ਲੱਗ ਪਏ ਮੈਂ ਕਈ ਵਾਰ ਵੇਖਿਆ ਹੈ ਧੀਆਂ ਜਿਉਂਦੇ ਬਾਪ ਤੇ ਤੁਰਦੀਆਂ ਨੇ ਤੇ ਮੋਏ ਤੇ ਪਹੁੰਚਦੀਆਂ ਨੇ ਰਾਹ 'ਚ ਫੋਨ ਆ ਜਾਂਦੇ ਨੇ ਬਾਬਾ ਅੱਲਾ ਨੂੰ ਪਿਆਰਾ ਧੀਆਂ ਰੋਂਦੀਆਂ ਹੁੰਦੀਆਂ ਔਰ ਲਿਖ ਲਓ ਪੁੱਤਰ ਭੂਰੇ ਤੇ ਬਹਿ ਕੇ ਸਿਗਰ ਲਾ ਲੈਂਦੇ ਨੇ ਬਾਬੇ ਦੀ ਮਈਅਤ ਪਈ ਹੋਵੇ ਅਖਬਾਰ ਪੜ ਲੈਂਦੇ ਨੇ ਮੈਂ ਦੇਖਿਆ ਧੀਆਂ ਰਾਤ ਤੁਰ ਪੈਂਦੀਆਂ ਨੇ ਦਿਲ ਦੇ ਚੜਨ ਦਾ ਇੰਤਜ਼ਾਰ ਨਹੀਂ ਕਰਦੀ ਆਹ ਤੇਰਾ ਬਡਿਆਣਾ ਕਿੰਨੀ ਕੁ ਦੂਰ ਆਹ ਤੇਰਾ ਡਸਕਾ ਕਿੰਨੀ ਕੁ ਦੂਰ ਹੈ ਆਹ ਤੇਰਾ ਕੁਜਰਾ ਵਾਲਾ ਸਵੇਰੇ ਤੁਰੀ ਅੱਧੇ ਘੰਟੇ ਚੱਕਬਰਾਬਾਦ ਅੱਡੇ ਚੱਕਬਰਾਬਾਦ ਆ ਜਾਂਦਾ ਹੈ ਪਰ ਰਾਤ ਹੀ ਟਰਾਲੀਆਂ ਲੈ ਕੇ ਤੁਰ ਪੈਂਦੀ ਹੈ ਸਾਰੇ ਰਾਹ ਗੱਡੀ ਚੋਂ ਪਾਵੇ ਧੀਆਂ ਰੋਂਦੀਆਂ ਆਉਂਦੀਆਂ ਨੇ ਆਣ ਕੇ ਕਹਿੰਦੀਆਂ ਨੇ ਵੇ ਬਾਬਲ ਸਾਡਾ ਚਿੜੀਆਂ ਦਾ ਚੰਬਾ ਅਸੀਂ ਉੱਡ ਉੱਡ ਜਾਣਾ ਭਾਬੀਆਂ ਕਦੀ ਨਹੀਂ ਮਾਵਾਂ ਬਣੀਆਂ ਮਾਵਾਂ ਹੀ ਮਾਵਾਂ ਹੁੰਦੀਆਂ ਨੇ ਮਾਪਿਆਂ ਦੇ ਘਰ ਧੀਆਂ ਦੇ ਲਈ ਕਦੇ ਹੁੰਦੀਆਂ ਕਿਆ ਅਜੀਬ ਰਿਸ਼ਤੇ ਬੇਟੀਆਂ ਦੇ ਡੋਲ ਵੀ ਪੈਂਦੀਆਂ ਤੇ ਰੋਂਦੀਆਂ ਨੇ ਬਾਬਲ ਨੂੰ ਵੀ ਟੁਰਨ ਤੇ ਰੋਂਦੀਆਂ ਨੇ ਸਾਰੀ ਉਮਰ ਔਰਤ ਜ਼ਾਤ ਦੀ ਰੋਂਦੀ ਗੁਜ਼ਰ ਜਾਂਦੀ ਮਾਵਾਂ ਕਦੀ ਨੇ ਮਾਵਾਂ ਬਣੀਆਂ ਮਾਵਾਂ ਹੀ ਮਾਵਾਂ ਹੁੰਦੀਆਂ ਨੇ ਮਾਪਿਆਂ ਦੇ ਧੀਆਂ ਦੇ ਲਈ ਮੈਂ ਵੀਰੋ ਸੁਣ ਲਓ ਇੰਨੀਆਂ ਤਬਰੀਆਂ ਕਰਕੇ ਪਰ ਇੱਥੇ ਮੈਨੂੰ ਜ਼ਿਆਦਾ ਅੱਲਾ ਯਾਦ ਆਇਆ ਹੈ ਭਾਬੀਆਂ ਕਦੀ ਨੀ ਮਾਵਾਂ ਬਣੀਆਂ ਮਾਵਾਂ ਹੀ ਮਾਵਾਂ ਹੁੰਦੀਆਂ ਨੇ ਮਾਪਿਆਂ ਦੇ ਗੱਲ ਧੀਆਂ ਦੇ ਲਈ ਕਦੋਂ ਥਾਵਾਂ ਹੁੰਦੀਆਂ ਨੇ ਮਾਂ ਮਰੀ ਤੇ ਰਿਸ਼ਤੇ ਮੁੱਕ ਗਏ ਖੇਡ ਸੀ ਮਾਂ ਦੇ ਸਾਵਾਂ ਤੇਰਾ ਘਰ ਮਾਂ ਚੰਗਾ ਲੱਗਦਾ ਤੇਰੇ ਸੋਹਣੇ ਭਾਬੀਆਂ ਵੇਖ ਕੇ ਮੁੱਖ ਜਾ ਮੋੜੇ ਸ਼ਿਕਵੇ ਨਹੀਂ ਤੇਰੇ ਮੇਰੇ ਤੱਕ ਹੀ ਬੇਟੀਆਂ ਦੀ ਜ਼ਿੰਦਗੀ ਤੇਰੇ ਮੇਰੇ ਤੱਕ ਭਾਬੀਆਂ ਵੇਖ ਕੇ ਮੁੱਖ ਜਾ ਮੋੜੇ ਸ਼ਿਕਵੇ ਨਹੀਂ ਚੰਗਾ ਲੱਗਦਾ ਤੇਰੇ ਸੋਹਣੇ ਸਵਾਲ ਉਹ ਮੇਰਾ ਤੇ ਉਹ ਵੀਰੇ ਮੈਂ ਜਲਸੇ ਤੋਂ ਜਾਵਾਂ ਮੈਨੂੰ ਕੋਈ ਨਹੀਂ ਠਾਉਂਦਾ ਪਰ ਮੇਰੀਆਂ ਬੇਟੀਆਂ ਮੈਨੂੰ ਉਠਾਉਂਦੀਆਂ ਪਾਪਾ ਮੁਝੇ ਪੈਸੇ ਚਾਹੀਏ ਮੈਂ ਕਦੇ ਗੁੱਸਾ ਨਹੀਂ ਕੀਤਾ ਮੈਂ ਕੱਢ ਕੇ ਦੇਣਾ ਪੈਸੇ ਪਰ ਸਕੂਲ ਚਲੀਆਂ ਜਾਣ ਫਿਰ ਰੋਣ ਲਏ ਧੀਓ ਅੱਜ ਬਾਪ ਜ਼ਿੰਦਾ ਤੇ ਜਗਾ ਲੈਦੀ ਏ ਅੱਖਾਂ ਮੀਟਣ ਦੀ ਦੇਰ ਕਿਸੇ ਭਰਾ ਦੇ ਬੂਹੇ ਨੂੰ ਹੱਥ ਵੀ ਨਹੀਂ ਲਾਉਣ ਦੇਣ ਇਹ ਬਾਪ ਦੀ ਜ਼ਿੰਦਗੀ ਤਾਕੀ ਬੇਟੀਆਂ ਦੀ ਬਹਾਰ ਉੜ ਕੇ ਭਰਜਾਈਆਂ ਦੀ ਅਸੀਂ ਆਪਣੇ ਬੱਚੇ ਪਾਲੀਏ ਕਿ ਤੁਹਾਡੇ ਸਿਆਪੇ ਕਰੀਏ ਹੈ ਕਰਦਾਰ ਅਸਲ ਤੇ ਬਾਪ ਮਰਦਾ ਧੀਆਂ ਦਾ ਅਸਲ ਤੇ ਯਤੀਮ ਹੁੰਦੀਆਂ ਧੀਆਂ ਹਜੇ ਰੋਂਦੀਆਂ ਤੇਰੀਆਂ ਜਾਈਆਂ ਕਰ ਆ ਜਾ ਅਮਰਾਨੀਏ ਅਜੇ ਰੋਂਦੀਆਂ ਤੇਰੀਆਂ ਜਾਈਆਂ ਕਰ ਆ ਜਾ ਅਮਰਾਨੀਏ ਵਾ ਦੁਨੀਆ ਦੇ ਆ ਸੋਹਣਿਆ ਰੱਬਾ ਇਹਦੀ ਖੇਡ ਚਾਈਨੀ ਕਿੱਥੇ ਮੇਰੀਆਂ ਜਾਈਆਂ ਚੱਲੀਏ ਕਿੱਥੇ ਬਾਗ ਫੜਾਈ ਜੁਗ ਜੁਗ ਦੀ ਸੋਹਣਿਆ ਰੱਬਾ ਮੇਰੀ ਪਿਆਰੇ ਮਾਸੀਆਂ ਕੁੰਡੀਆਂ ਤਾਜ਼ਾ ਛੱਡ ਕੇ ਰੋਲੀ ਦੇ ਵਿੱਚ
بڑی قیمتی ہے جدن سارے مکھ مول جل ادن تیاں کہندی ہیں بڑے پیار نہ ٹر چلے باغ دا مالی پیچھے گلشن رہن کھولی اج جنی مرضی پیار دلا اے تیرے تک اتیاں نوں پیار ہے جدن تو اکاں میٹنیاں انہاں دی بادشاہی مک جانی پڑھاوا کر اٹھ کے بھانڈے مار پر جائیاں آکھنا تیری بادشاہی اکبر آباد دے قبرستان چ جا سکتی آج مینو بتلاؤ اکبر آبادی او سیال کوٹی آو جدو پتر دے کپڑے لین جاندے جے کنے یتیم پتی جیاں دے سوٹ اپنے بچے دے برابر لیں دے جے اتنے لیں دے میرے پتروں آج ہاتھ جوڑا ہوں جا کے باپ نو چمیا جے ستے نو جاگ داوے تے جٹھا پا لیا جے جا ٹیلی فون کر اپنے بیلی نو یا تیری گڈی لے کے گیا سا گڈی وج گئی ہے قسمے فون بند ہون تو پہلا کہوں یار گڈی دا نقصان کنا کو ہویا ہے کدی باپ نو فون کری ابو میں لاہور گیا سا ڈس کے گڈی وج گئی قسمے فون بند ہون تو پہلا کہے گا پتر گڈی اللہ ہور دے دوں تو تے خیر نہ لے اے ہی درد اے ہی پیار اینو کہندی ماپے ہر ساڈا حال ویکھ لو ہلے مانو روایا ہنے عرش ہلایا دل پیو دا تکایا ہنے سوہنی پایا پل کھول کے قرآن کہندا رب رحمان پل کھول کے قرآن کہندا رب رحمان کہتے نبی سلطان فرمان وکرا شان سب دی اور باپو اپنی فرما پیا دشان وکرا وکرا باپ یا دشان وکرا جنہ تینوں پالنا تے چلنا سکھایا ہے فلاں وچ جنہ تینوں کو جھکڑایا ہے روپاں وچ تیری چھا بن جاندے نے مکے تے مدینے والی چھا بن جاندے نے خادم الرنی پایا منجا پورے گڈایا راکھی ڈنگر آدھی پایا تین شرم نہ آیا جنہیں اہنے کرایا تین نارا
ਬਣਾਇਆ ਇਹਨਾਂ ਦਾ ਤੈਨੂੰ ਕਰਦਾਰ ਹੀ ਯਾਦ ਨੇ ਇਹਨਾਂ ਦੇ ਬਾਰੇ ਤੈਨੂੰ ਸੋਚ ਯਾਦ ਨੇ ਆਪ ਫਰਮਾਉਂਦੇ ਨੇ ਪੁੱਤਰੋ ਮੇਰੇ ਕੋਲ ਅੱਜ ਦੇ ਤਰੀਕੇ ਸਿੱਖ ਲਾਉਣਾ ਹਜ਼ਰਤ ਫਾਰੂਕ ਆਜ਼ਮ ਵੀ ਰੋ ਰਹੇ ਨੇ ਹਜ਼ਰਤ ਅਬੂ ਬਕਰ ਸਦੀਕ ਵੀ ਰੋ ਰਹੇ ਨੇ ਮੇਰੇ ਨਬੀ ਕਰੀਮ ਸਰਦਾਰ ਨਬੀ ਮੇਰੇ ਨਬੀ ਬੈਠੇ ਨੇ ਆਪ ਮਦੀਨੇ ਆ ਜਾਂਦੇ ਨੇ ਨਬੀ ਪਾਕ ਦਾ ਸਰ ਮੁਬਾਰਕ ਇੱਕ ਜਨਾਜ਼ਾ ਪੜ੍ਹਾ ਕੇ ਆਏ ਨੇ ਦੁਖਣ ਲੱਗ ਪਿਆ ਇੰਨਾ ਮੇਰੇ ਨਬੀ ਦਾ ਸਰ ਦਰਦ ਹੈ ਸ਼ਾਮ ਤੱਕ ਬੁਖਾਰ ਹੋ ਜਾਂਦਾ ਮੇਰੇ ਨਬੀ ਨੂੰ ਆਪ ਫਰਮਾਉਂਦੇ ਨੇ ਇਹ ਮੇਰੀ ਉਹ ਬੀਵੀ ਹੋ ਜੇ ਕਵੋ ਤੂੰ ਸਿਗਦਾ ਪਾਤਮਾ ਜਮਾ ਗਈਆਂ ਨੇ ਆਦੀਆਂ ਨੇ ਅੰਮਾ ਤੁਸੀਂ ਇਜਾਜ਼ਤ ਦੇ ਦੋ ਮੇਰਾ ਬਾਬਾ ਜ਼ਿੰਦਗੀ ਦੇ ਆਖਰੀ ਦਿਨ ਜਿੱਧਰ ਮਰਜ਼ੀ ਗੁਜ਼ਾਰ ਲਏ ਇੰਜ ਕਰਕੇ ਸਾਰੀਆਂ ਤੇਰੀਆਂ ਮੇਰੀਆਂ ਮਾਵਾਂ ਨੇ ਮੁਸਤਫਾ ਨੂੰ ਇਜਾਜ਼ਤ ਦੇ ਦਿੱਤੀ ਹੈ ਮੇਰੇ ਨਬੀ ਉਹ ਤੂੰ ਤੇ ਇੰਨੀ ਗੱਲ ਤੋਂ ਵੀ ਨਹੀਂ ਨਾ ਡਰਦਾ ਤੇਰੇ ਨਬੀ ਨਬੀਆਂ ਦੇ ਸਰਦਾਰ ਨੇ ਬੀਵੀਆਂ ਨੂੰ ਕਿਹਾ ਇਜਾਜ਼ਤ ਮਿਲ ਗਈ ਮੈਂ ਜਿਹਦੇ ਘਰ ਆਖਰੀ ਦਿਨ ਰਹਿਣਾ ਚਾਹਵਾਂ ਰਹਿ ਸਕਦਾ ਹੈ ਸਾਰੀਆਂ ਮਾਵਾਂ ਨੇ ਕਿਹਾ ਸੋਹਣਿਆ ਰਹਿ ਸਕਦੇ ਆਪ ਫਰਮਾਉਂਦੇ ਨੇ ਅਲੀ ਉਸਮਾਨ ਮੇਰੀ ਨਬਜੀ ਚਾਰ ਪਈ ਹੁਜਰੇ ਆਸ਼ਾ ਦੇ ਅੰਦਰ ਲੈ ਜਾਣ ਇਹ ਅਮਰੇ ਰੱਬੀ ਸੀ ਸੁਣ ਲਓ ਜ਼ਰਾ ਧਿਆਨ ਨਾਲ ਇੰਜ ਕਰਕੇ ਮੇਰੇ ਨਬੀ ਚੱਲ ਪੈਂਦੇ ਨੇ ਆਪ ਨਬੀ ਅੱਲਾ ਹੁਜਰੇ ਚਲੇ ਗਏ ਇੰਨਾ ਬੁਖਾਰ ਮੇਰੇ ਨਬੀ ਨੂੰ ਆਪ ਫਰਮਾਉਂਦੇ ਨੇ ਇਹ ਮੇਰੇ ਸਿਹਾਬਾ ਮਦੀਨੇ ਦੇ ਸੱਤਾਂ ਖੂਹਾਂ ਦਾ ਪਾਣੀ ਲੈ ਕੇ ਆਉਣ ਮੇਰੇ ਨਬੀ ਦੇ ਯਾਰ ਪਾਣੀ ਲੈ ਕੇ ਆਏ ਨੇ ਨਾਲ ਕਿਸੇ ਖੂਹ ਦਾ ਪਾਣੀ ਜ਼ਿਆਦਾ ਠੰਡਾ ਹੈ ਕਿਸੇ ਦਾ ਉਸ ਤੋਂ ਜ਼ਿਆਦਾ ਠੰਡਾ ਹੈ ਇੰਨਾ ਬੁਖਾਰ ਮੇਰੇ ਨਬੀ ਨੂੰ ਆਪ ਫਰਮਾਉਂਦੇ ਨੇ ਮੈਨੂੰ ਇੱਕ ਚਮੜੇ ਦੇ ਟੱਪ 'ਚ ਬਿਠਾ ਦਿੱਤਾ ਜਾਏ ਨਾ ਜਦੋਂ ਨਬੀ ਪਾਕ ਚਮੜੇ ਦੇ ਟੱਪ ਅੰਦਰ ਬੈਠੇ ਨੇ ਆਪ ਫਰਮਾਉਂਦੇ ਨੇ ਮੇਰੀਆਂ ਗੱਲਾਂ ਸੁਣਨ ਜਿੰਨੇ ਮੇਰੇ ਯਾਰ ਸੁਣਾ ਵੀ ਸੁਣਦੇ ਪਏ ਨੇ ਆਪ ਫਰਮਾਉਂਦੇ ਨੇ ਮੇਰੇ ਤੇ ਮਸ਼ਕਾਂ ਪਾਣੀ ਦੀਆਂ ਭਰ ਭਰ ਕੇ ਪਾਉਣਾ ਇੰਜ ਮਸ਼ਕਾਂ ਭਰ ਭਰ ਕੇ ਪਾ ਰਹੇ ਨੇ ਆਪ ਦੀਆਂ ਅੱਖਾਂ ਡੁੱਲਣ ਲੱਗ ਪਈਆਂ ਅੱਖਾਂ ਖੁੱਲਣ ਲੱਗ ਪਈਆਂ ਨੇ ਪਾਣੀ ਦੇ ਨਾਲ ਭਾਪ ਉੱਡਦੀ ਪਈ ਏ ਮੇਰੇ ਨਬੀ ਦੀਆਂ ਅੱਖਾਂ ਥੋੜੀਆਂ ਜਿਹੀਆਂ ਖੁੱਲੀਆਂ ਟਾਈਫਾਇਡ ਬੁਖਾਰ ਹੋ ਗਿਆ ਏ ਅੱਜ ਮੇਰੇ ਨਬੀ ਕਰੀਮ 11 ਦਿਨ ਹੋ ਗਏ ਨੇ ਇੰਨੇ ਬੁਖਾਰ ਦੇ ਆਲਮ ਅੰਦਰ ਨੇ ਆਪ ਫਰਮਾਉਂਦੇ ਨੇ ਪੁੱਤਰੋ ਜਾਓ ਨਾ ਮਦੀਨੇ ਦੇ ਨਬੀ ਸੱਤਾਂ ਖੂਹਾਂ ਦਾ ਪਾਣੀ ਲੈ ਕੇ ਆਉਣਾ ਪਾਣੀ ਲੈ ਕੇ ਆਏ ਨੇ ਮੇਰੇ ਨਬੀ ਦੇ ਯਾਰ ਮਸ਼ਕਾਂ ਭਰ ਕੇ ਪਾ ਰਹੇ ਨੇ ਸਹਾਬਾ ਰੋ ਰਹੇ ਨੇ ਮੇਰੇ ਮੁਸਤਫਾ ਨੇ ਵੇਖਿਆ ਆਪ ਫਰਮਾਉਂਦੇ ਨੇ ਅਨਸਾਰ ਉਹ ਕਰੈਸ਼ ਉਹ ਮੇਰੇ ਪੁੱਤਰੋ ਕਿਉਂ ਰੋ ਰਹੇ ਨੇ ਆਂਦੇ ਨੇ ਸੋਹਣਿਆ ਸੋਹਣਿਆ ਜਦੋਂ ਤੁਹਾਡੇ ਕੋਲ ਸਾਡਾ ਦਰਦ ਬਰਦਾਸ਼ਤ ਨਹੀਂ ਹੁੰਦਾ ਅੱਜ ਸਾਡੇ ਕੋਲ ਤੁਹਾਡਾ ਵੀ ਦਰਦ ਲੋਕੋ ਅਕਬਰਾਬਾਦ ਚ ਕਿਸੇ ਨੂੰ ਪਤਾ ਲੱਗੇ ਯਾਰ ਤੇਰਾ ਸਕਾ ਭਰਾ ਫਲਾਣੇ ਹਸਪਤਾਲ ਦਾਖਲ ਹੈ ਭਾਈ ਅਕਬਰ ਅੱਲਾ ਦੀ ਕਸਮੇ ਭਾਈ ਰਫੀਕ ਜ਼ਰਾ ਗੱਲ ਸੁਣ ਲਓ ਵਾਲੀ ਅਰਮਾਨੀ ਸਾਹਿਬ ਅਕਬਰਾਬਾਦੀ ਹੋ ਪਤਾ ਲੱਗੇ ਤੇਰਾ ਭਰਾ ਹਸਪਤਾਲ ਹੈ ਬੰਦੇ ਨਾ ਵੀ ਬੋਲਦੇ ਹੋਣ ਤੁਰ ਜਾਂਦੇ ਨੇ ਕਈ ਵਾਰ ਵੇਖਿਆ ਭਰਾ ਮੰਜੀ ਨਾਲ ਮੰਜੀ ਆਉਂਦਾ ਸੁੱਕ ਕੇ ਸਕੇ ਭਰਾ ਉੱਤੇ ਠਿੱਕ ਪੈਂਦੇ ਨੇ ਛੱਪੀਆਂ ਪਾ ਲੈਂਦੇ ਮੇਰੇ ਬਾਬਲ ਜਾਇਆ ਤੈਨੂੰ ਦਿਨਾਂ ਚ ਬਣ ਕੇ ਗਿਆ ਜੇ ਮੈਨੂੰ ਪਤਾ ਹੁੰਦਾ ਮੈਂ ਤੇਰਾ ਘਰ ਪਤਾ ਲੈਣ ਆ ਜਾਂਦਾ ਮੈਂ ਤੇਰਾ ਘਰ ਕਈ ਵਾਰ ਬੰਦੇ ਪਤਾ ਲੈ ਕੇ ਬਾਹਰ ਆਉਂਦੇ ਤੇ ਭਰਾ ਅੱਲਾ ਨੂੰ ਪਿਆਰਾ ਹੋ ਜਾਂਦਾ ਭਤੀਜੀਆਂ ਆਉਂਦੀਆਂ ਨੇ ਚਾਚਾ ਮੇਰਾ ਬਾਬਾ ਤੇਰੀ ਠੀਕਾ ਵਿੱਚ ਸੀ ਚਾਚਾ ਸਾਡਾ ਬਾਬਾ ਤੇਰੀ ਠੀਕਾ ਵਿੱਚ ਸੀ ਉਹ ਪੱਥਰ ਦੇ ਪੱਥਰ ਤੋਂ ਡਿੱਗ ਪੈਂਦੇ ਨੇ ਪੱਥਰ ਤੇ ਭਰਾ ਭਰਾਵਾਂ ਨੂੰ ਡੋਲ ਦਿੰਦੇ ਨੇ ਸਭੇ ਪੀੜਾਂ ਨੇ ਬੰਦੀਆਂ ਪਰ ਬੰਦੀ ਭਰਾਵਾਂ ਦੀ ਪੀੜੀ ਉਹ ਪੈਣਾ ਕਿਵੇਂ ਚੀਦੀਆਂ ਪਰ ਕਿਵੇਂ ਚੀਦਾਂ ਵਾਪਸ ਮਾਂ ਠੱਗੀਆਂ
ਜਾਂਦਾ ਮੇਰੇ ਨਬੀ ਕਰੀਮ ਨੂੰ ਮੌਲ ਵਾਲਾ ਇਹ ਦਰਦ ਵਾਲੀ ਤਕਰੀਰ ਤੈਨੂੰ ਸਦੀਆਂ ਯਾਦ ਰਹੇਗੀ ਅੱਜ ਦੀ ਤਕਰੀਰ ਤੇਰੇ ਪੱਲੇ ਬਣ ਗਏ ਤੇਰੀ ਜ਼ਿੰਦਗੀ ਚ ਇਨਕਲਾਬ ਆ ਜਾਏਗਾ ਅੱਜ ਤੇ ਦਿਲ ਦੇ ਧੋਣੇ ਧੋ ਕੇ ਤੂੰ ਉੱਠੇਗਾ ਲਫ਼ਜ਼ ਸੁਣਿਆ ਜੇ ਮੇਰੇ ਨਬੀ ਫਰਮਾਉਂਦੇ ਨੇ ਮੇਰੇ ਸਿਹਾਬਾ ਨਾ ਰੋਵੋ ਤੁਹਾਡੇ ਬਾਬੀ ਦੇ ਦੁੱਖ ਮੁੱਕਣ ਵਾਲੇ ਨਬੀ ਪਾਕ ਦੇ ਯਾਰ ਹੋਰ ਰੋਣ ਲੱਗ ਪਏ ਅੱਜ ਸਿੱਖਦਾ ਫਾਤਮਾ ਬੈਠੀਆਂ ਨੇ ਮੇਰੇ ਨਬੀ ਕਰੀਮ ਕੋਲ ਨੇ ਆਪ ਮਸਜਿਦ ਚ ਚਲੇ ਜਾਂਦੇ ਨੇ ਆਪ ਫਰਮਾਉਂਦੇ ਨੇ ਮੇਰੇ ਸਿਹਾਬਾ ਥੋੜੀਆਂ ਜਿਹੀਆਂ ਅੱਖਾਂ ਖੁੱਲੀਆਂ ਨੇ ਆਪ ਫਰਮਾਉਂਦੇ ਨੇ ਮੈਨੂੰ ਮੇਰਾ ਅਲੀ ਕਿੱਥੇ ਆਓ ਮੇਰਾ ਫਜ਼ਲ ਬਣੇ ਅਬਾਸ ਕਿੱਥੇ ਆਓ ਕਹਿੰਦੇ ਨੇ ਜੀ ਸੋਹਣਿਆ ਹੁਕਮ ਹੋਏ ਆਪ ਫਰਮਾਉਂਦੇ ਨੇ ਮੈਨੂੰ ਮਸਜਿਦ ਵੱਲ ਲੈ ਕੇ ਚੱਲੋ ਨਾ ਉਹ ਤੂੰ ਹੱਟਾ ਕੱਟਾ ਨਮਾਜ਼ ਪੜ੍ਹਨੀ ਆਉਂਦਾ ਤੂੰ ਹੱਟਾ ਕੱਟਾ ਮਸਜਿਦ ਚ ਨਹੀਂ ਆਉਂਦਾ ਮੇਰੇ ਨਬੀ ਫਰਮਾਉਂਦੇ ਨੇ ਮੈਨੂੰ ਨਮਾਜ਼ ਵਾਸਤੇ ਲੈ ਕੇ ਚੱਲੋ ਨਾ ਕਾਇਨਾਤ ਦੇ ਸਰਦਾਰ ਨਬੀ ਮਸਜਿਦ ਚ ਜਾ ਰਹੇ ਨੇ ਨਮਾਜ਼ ਪੜ੍ਹਨ ਜਾ ਰਹੇ ਨੇ ਆਪ ਫਰਮਾਉਂਦੇ ਨੇ ਪੁੱਤਰੋ ਨਮਾਜ਼ ਦੀ ਪਾਬੰਦੀ ਕਰਿਆ ਜੇ ਮੇਰੀ ਉਮਤ ਵਾਲੇ ਨਮਾਜ਼ ਤੋਂ ਦੂਰ ਨਾ ਹੋਇਆ ਜੇ ਅਸਲਾਤ 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 ਓਏ ਹਾਈ ਕੋਰਟ ਦੇ ਜੱਜ ਦੀ ਪੇਸ਼ੀ ਆ ਜੇ ਰਾਤ ਹੀ ਗੱਡੀ ਬਹਿ ਕੇ ਚਲੇ ਜਾਂਦੇ ਸੱਚੇ ਮਾਲਕ ਦੇ ਦਰਬਾਰ ਚੋਂ ਤੈਨੂੰ ਪੰਜ ਪੇਸ਼ੀਆਂ ਆਉਂਦੀਆਂ ਤੂੰ ਇੱਕ ਤੇ ਵੀ ਨਹੀਂ ਆਉਂਦਾ ਹਾਈ ਕੋਰਟ ਦੇ ਜੱਜ ਦੀ ਗੱਡੀ ਰਾਤ ਹੀ ਬਹਿ ਜਾਣਾ ਅਜੇ ਜੱਜ ਨਹੀਂ ਆਇਆ ਹੈਲਮਟ ਨਹੀਂ ਆਇਆ ਤਫਤੀਸ਼ ਨਹੀਂ ਆਇਆ ਆਰੋ ਨਹੀਂ ਆਇਆ ਤੈਨੂੰ ਦੁਨੀਆ ਦਰੀਬ ਦੀਆਂ ਫਿਕਰਾਂ ਨੇ ਕਿੰਨਾ ਹੈ ਤੈਨੂੰ ਨਾਸ਼ਤਾ ਭੁੱਲਿਆ ਹੈ ਸੁਣ ਜਰਾ ਧਿਆਨ ਨਾਲ ਮੇਰੇ ਨਬੀ ਫਰਮਾਉਂਦੇ ਨੇ ਮੈਨੂੰ ਨਮਾਜ਼ ਵਾਸਤੇ ਲੈ ਕੇ ਚੱਲੋ ਮੌਲਾ ਅਲੀ ਪਾਕ ਦੱਸਦੇ ਨੇ ਨਬੀ ਪਾਕ ਦੇ ਪੈਰ ਜ਼ਮੀਨ ਨਾਲ ਘਸੀੜਦੇ ਪਏ ਨੇ ਪਰ ਨਬੀ ਦੋਨਾਂ ਕੰਧਿਆਂ ਤੇ ਹੱਥ ਰੱਖੇ ਨੇ ਇੱਕ ਪਾਸੇ ਫਜ਼ਲ ਬਣੇ ਅਬਾਸ ਇੱਕ ਪਾਸੇ ਮੌਲਾ ਅਲੀ ਮੋਢਿਆਂ ਤੇ ਹੱਥ ਰੱਖੇ ਨੇ ਨਬੀ ਪਾਕ ਨੇ ਆਪ ਫਰਮਾਉਂਦੇ ਨੇ ਮੈਨੂੰ ਨਮਾਜ਼ ਵਾਸਤੇ ਲੈ ਕੇ ਚੱਲੋ ਨਾ ਉਹ ਸਿਆਲ ਕੋਟੀਆਂ ਮੈਂ ਤੇਰੇ ਸਾਹਮਣੇ ਮੰਦਰ ਕਸ਼ੀ ਕਰ ਰਿਹਾ ਹੈ ਆਪਣਾ ਵੀ ਕੁਰਾਨ ਦਾ ਕੀ ਮੁਸਲਾਤ ਵਲਾ ਤਕੂਰ ਮੇਰ ਮੁਸ਼ਰਕੀ ਨਮਾਜ਼ ਕਾਇਮ ਕਰਿਆ ਜੇ ਮੁਸ਼ਰਕਾਂ ਚ ਨਾ ਆਇਆ ਜੇ ਪੜ੍ਹ ਲੈ ਨਮਾਜ਼ ਅਦਾ ਕਰ ਲੈ ਜ਼ਕਾਤ ਨੇਕੀਆਂ ਦਾ ਬੀਜ ਬੀਜੀ ਮੋਟੇ ਦੀ ਰਾਤ ਨੂੰ ਦੇਖ ਲੈ ਕਰੂਣ ਪਰ ਸਿਰੇ ਤੇ ਜਾ ਗਿਆ ਕੁਝ ਨਾ ਕਮਾਈ ਵੇਲਾ ਸੁੱਤੇ ਹੋਵੇ ਆ ਗਿਆ ਵੇਖ ਲੈ ਰਾਜੇ ਰਾਣੇ ਛੱਡੀ ਜਾਂਦੇ ਨੇ ਜਹਾਨ ਨੂੰ ਵੇਖ ਲੈ ਕਰੂਣ ਪਰ ਸਿਰੇ ਤੇ ਜਾ ਗਿਆ ਪੜਤੇ ਰਹੋ ਨਮਾਜ਼ੀਏ ਕੌਲ ਰਸੂਲ ਹੈ ਇਕਣਾ ਜ਼ਮਾਨਾ ਹਮੇਂ ਇਹ ਕਰੋਨਾ ਵਾਇਰਸ ਸੇ ਉੱਠਤੇ ਜਨਾਜ਼ੇ ਇਹ ਕਰੋਨਾ ਵਾਇਰਸ ਸੇ ਉੱਠਤੇ ਜਨਾਜ਼ੇ ਤੁਮੇ ਪੁਕਾਰ ਰਹੇ ਪੜਤੇ ਰਹੋ ਨਮਾਜ਼ੀਏ ਕੌਲ ਰਸੂਲ ਹੈ ਇਕਣਾ ਜ਼ਮਾਨਾ ਹਮੇਂ ਮਰਨਾ ਜ਼ਰੂਰ ਹੈ ਇਸ ਗੱਦੀ ਦੁਨੀਆ ਚ ਰਹਿ ਕੇ ਕਰਨਾ ਕੀ ਜਿੱਥੇ ਹਰ ਵੇਲੇ ਮਾਲਕ ਦੀ ਨਾ ਫਰਮਾਨੀ ਸਵੇਰੇ ਉੱਠਦੇ ਨਾ ਫਰਮਾਨੀ ਰਾਤ ਉੱਠਦੇ ਨਾ ਫਰਮਾਨੀ ਇਸ ਗੱਦੀ ਦੁਨੀਆ ਨਾਲ ਪਿਆਰ ਪਾਕ ਕਰਨਾ ਕੀ ਬੇਟਾ ਤਵੱਜੋ ਮੇਰੇ ਵੱਲ ਗੱਲ ਬੜੀ ਵੱਡੀ ਕਾਇਨਾਤ ਦੇ ਸਰਦਾਰ ਨਬੀ ਨੂੰ ਮੰਨਣੇ ਵਾਲੋ ਇਹ ਜਿਵੇਂ ਮਜਮਾ ਹੈ ਹੋ ਸਕਦਾ ਜਦੋਂ ਦਾ ਜਲਸਾ ਸ਼ੁਰੂ ਹੋਇਆ ਹੈ ਅੱਜ ਤੇਰੀ ਮੇਰੀ ਅੱਲਾ ਨਾਲ ਲੋ ਨਾ ਲੱਗੀ ਹੋਵੇ ਇਹ ਜਿੰਨੇ ਬੈਠੇ ਹੋਏ ਦਿਲ ਦੀ ਦੁਨੀਆ ਸਾਫ਼ ਹੋ ਰਹੀ ਹੈ ਦਰਦ ਵਾਲੀ ਆਵਾਜ਼ ਆਈ ਮੈਂ ਚਾਹੁੰਦਾ ਹੈ ਅੱਜ ਤੇਰੇ ਤੇਰੇ ਇੱਕ ਮਾਲ ਮਾਰ ਜਾਵਾਂ ਮੇਰਾ ਸੁਣੋ ਧਿਆਨ ਨਹੀਂ ਫਰਸ਼ ਮਾਹਰ ਸੋਨੇ ਵਾਲਾ ਕਬਰ ਸੋਨਾ ਪੜੇਗਾ ਆਪਣੇ ਦੁਨੀਆ ਨਹੀਂ ਹੈ ਇਹ ਪ੍ਰਤੀ
کیسے کیسے ملے گا کہ اہلِ نشان کیسے کیسے زمین کا بئی آسمان کتنے تیرے بڑے قبراں چ جا چکے ہیں کرونا وائرس نہ کنے لوگ فوت ہو گئے ادھر فوت بیمار ہوں ادھر فوت ہوئی جا رہے چلتے چلتے بندے ڈگ کے فوت ہوئی جا رہے سویرے ڈان ہوں اٹیک ہو گیا یا راتی تو اِسی عشاء کٹھی پڑی سی تیری منیاد کی سمان سو برس کا پل کی سمان سو برس کا جمع کر لیا اور ہمیں پل کی خبر نہیں میرے بچے بیٹھ جاؤ پل کی خبر نہیں ذرا سنے میرے نبی کریم گھنٹہ گزر گیا ٹائم کا پتا نہیں لگانا میرے بچوں میرے بیٹوں میرے دوستوں گل سننے والی ہے گھنٹے تو بھی اوپر ٹائم گزرتا پیا ہے ٹائم کا پتا نہیں لگانا کیویں بیٹھے جانا آپ فرماندے نے میرے مسجد وال لے کے چلو کائنات دے سردار نبی فرماندے نے بے نماز نو جدوں موت آندی اے اے آندا ہائے پانی ہائے پانی ہائے پانی مینوں پانی پیاتا جائے نا آپ فرماندے نے اینوں ستا سمندراں دا وی پانی پیاتا جائے ایدی ہچکی نہیں رکے گی ایدی پیاس نہیں مکے گی اللہ پاک فرماندے نے جڑا میرے ذکر نہ زبان نہیں تر کردا سی اج مینوں پیاسے رکھ کے موت دیواں گا بے نماز نہیں بڑے اندھیرے نے آپ فرماندے نے بے نماز نو جدوں میت لا دی پائی دی منجی تے بے نماز بندے دی میت پکار دی مینوں کتھے لے چلے جے اکبر آباد تے میں بڑے پیسے لائے نے میں مکان بڑے سونے بنائے نے مینو کتے لے چلے جے میں تے مکان ہی بڑے سونے بنائے نے مینو کتے لے چلے جے میں تے مکان ہی بڑے سونے بنائے نے اللہ پاک فرماندن فرشتے نو کہو جیڑا گڑا کھودیا ہی تینو ٹوئے چ سٹن جا رہے ہیں دوزخ دے گڑے چ جنہ مرضی رہا تیری کر لا کر لا تینوں ناصر مدنی آئی دسن دیا ہے تو اپنے دل دی دنیا بدلنی تے نہ بدل بدلنی تے بدل تیرے اچ فیصلے اسون آپ فرماندے نے بے نماز نو لادی لایا جائے گا ایدی قبر چ اتنا کھڑاک ہوئے گا اگر اس فرشتے دے آن دا کھڑاک دنیا والے سن لن تے کنا دے پردے ہی پھٹ جان اتنی خوفناک آواز زوردار دھماکہ قبر چنڈا ہے آپ فرماندے ہیں فرشتے آندے ہیں من ربو کا تیرا رب کون ہے بے نماز کہے گا ہاں ہاں لا ادنی میں کوئی پتا نہیں میرا رب کون ہے بے نماز رکیا جائے گا من ربو کا اللہ اکبر اے جملہ کہنے لگے ہیں پہاڑ جڈا جگڑا چاہیے فرشتے کہیں گے من نبیوں کا تیرا نبی کون ہے تے جے اودوں بندے نے کہتا ہاں ہاں لا دری مینوں کوئی پتہ نہیں میرا نبی کون ہے او دن کی بنے گا تے بے نماز نے کہنا انہاں کہنا ماں دینوں کا تیرا دین کی ہے اے کہے گا میرا دین موبائل ہے میرا دین پیسہ ہے میرا دین سگٹاں نے میرا دین پان ہے میرا دین دنیا دا مال ہے میرا دین دنیا دا حکا پانی ہے میرا دین میری بیوی ہے میرا دین ایمان عورت ہے میرا دین دنیا دا مال ہے اللہ دے نبی فرماندے نے اے برباد کر دیتا جائے گا جڑا تینوں سوالاں چ فیل ہو گیا ہے تے نمازی بندے نو کہن گے من ربو کا تیرا رب کون ہے اے کہے گا داؤنی وسلی اوے ذرا ٹھہر جاؤ مینوں ڈیگر دی نماز تے پڑھ لین دو
ਇਹ ਦੀਗਰ ਦੀ ਨਮਾਜ਼ ਦਾ ਨਾਮ ਕਿਉਂ ਆਇਆ ਹੈ? ਸਲਾਤੁਲ ਵੁਸਤਾ, ਇਹ ਨਮਾਜ਼ ਦਾ ਜ਼ਿਕਰ ਕਿਉਂ ਆਇਆ? ਕਿ ਮੈਨੂੰ ਦੀਗਰ ਦੀ ਨਮਾਜ਼ ਅਸਰ ਦੀ ਪੜ੍ਹ ਲੈਣ ਦਿਓ। ਆਪ ਫਰਮਾਉਂਦੇ ਨੇ ਜਿਹਦੀ ਅਸਰ ਦੀ ਨਮਾਜ਼ ਰਹਿ ਗਈ, ਇੱਥੇ ਅਕਬਰਾਬਾਦ 'ਚ ਛੱਤ ਡਿੱਗੇ, ਦੁਕਾਨ ਸੜ ਜੇ, ਬੱਚੇ ਮਰ ਜਾਣ, ਬੀਵੀ ਮਰ ਜੇ, ਇੱਕ ਬੰਦਾ ਬਚੇ, ਛੱਤ ਵੀ ਡਿੱਗ ਪਏ, ਅੱਲਾ ਨਾ ਕਰੇ। ਪਿੰਡ 'ਚ ਲੋਕ ਆਉਂਦੇ ਨੇ ਯਾਰ ਇਹਦਾ ਖਾਨਾ ਖਰਾਬ ਹੋ ਗਿਆ ਹੈ, ਇਹਦਾ ਰਿਹਾਈ ਕੱਖ ਨਹੀਂ। ਆਪ ਫਰਮਾਉਂਦੇ ਨੇ ਉਹਦੀ ਮਿਸਾਲ ਇਹੀ ਹੈ, ਜਿਹੜਾ ਅਸਰ ਦੀ ਨਮਾਜ਼ ਨਹੀਂ ਪੜ੍ਹਦਾ, ਇੰਜ ਸਮਝੇ ਉਹਦਾ ਖਾਨਾ ਖਰਾਬ ਹੋ ਗਿਆ। ਆਪ ਫਰਮਾਉਂਦੇ ਨੇ ਬੇਨਮਾਜ਼ ਬੰਦੇ ਨੂੰ ਕਬਰ 'ਚ ਅੰਧਿਆਂ ਕਰਕੇ ਉਠਾਇਆ ਜਾਏ। ਬੇਨਮਾਜ਼ ਨੂੰ ਅੰਧਿਆਂ ਕਰਕੇ ਉਠਾਇਆ ਜਾਏਗਾ, ਕਿਸੇ ਨਬੀ ਦਾ ਦੀਦਾਰ ਹੀ ਨਹੀਂ ਕਰ ਸਕੇਗਾ, ਅੱਲਾ ਦਾ ਦੀਦਾਰ ਵੀ ਨਹੀਂ ਕਰ ਸਕੇ। ਔਰ ਬੇਨਮਾਜ਼ ਬੰਦੇ ਨੂੰ ਇੰਨੀ ਵੱਡੀ ਸਜ਼ਾ ਮਿਲਣੀ ਹੈ, ਨਬੀ ਪਾਕ ਫਰਮਾਉਂਦੇ ਨੇ ਇਹਨਾਂ ਦੇ ਮੱਥਿਆਂ 'ਤੇ ਲਿਖਿਆ ਜਾਏ। ਪਰ ਇਹ ਕਹਿਣਗੇ ਕਾਲੂ ਅਲਮ ਨਕੁਮ ਮਿਨਲ ਮੁਸੱਲੀਨ, ਅਸੀਂ ਨਮਾਜ਼ ਨਹੀਂ ਪੜ੍ਹਦੇ ਸਾਂ, ਅੱਲਾ ਨੇ ਸਾਨੂੰ ਜਹੰਮੀ ਬਣਾ ਦਿੱਤਾ ਹੈ। ਮਾ ਸਲਕਕੁਮ ਫੀ ਸਕਰ, ਉਹ ਤੁਹਾਨੂੰ ਕਿੰਨੇ ਦੋਜ਼ਖ 'ਚ ਸੁੱਟਿਆ ਤੇ ਕਿਉਂ ਸੁੱਟਿਆ? ਕਹਿੰਦੇ ਨੇ ਸਾਨੂੰ ਕਿਸੇ ਨੂੰ ਸੁੱਟਿਆ, ਸਾਡੇ ਅਮਲਾਂ ਨੇ ਸਾਨੂੰ ਇੱਥੇ ਲਿਆਂਦਾ ਹੈ, ਤੁਸੀਂ ਪੱਕੇ ਨਮਾਜ਼ੀ ਸੋ, ਅਸੀਂ ਨਮਾਜ਼ ਨਹੀਂ ਪੜ੍ਹਦੇ ਸਾਂ। ਬੇਨਮਾਜ਼ ਬੰਦੇ ਦੇ ਬਾਰੇ ਨਬੀ ਪੜ੍ਹ ਪਏ, ਜਦੋਂ ਸੂਰਜ ਮਸ਼ਰਕ ਅਲ ਚੜ੍ਹਦਾ ਅਤੇ ਮਗਰਬ ਨੂੰ ਡੁੱਬਦਾ ਨਾ, ਕਿਆਮਤ ਨੂੰ ਇੱਧਰੋਂ ਚੜ੍ਹਨਾ ਲੈਂਦੇ ਹੋ। ਜਦੋਂ ਸੂਰਜ ਚੜ੍ਹਨ ਲੱਗੇਗਾ ਬੇਨਮਾਜ਼ ਚੁੱਕਣਗੇ, ਅੱਲਾ ਫਰਿਸ਼ਤਿਆਂ ਨੂੰ ਕਹਿਣਗੇ ਇਹਨਾਂ ਦੀਆਂ ਤੌਣਾਂ 'ਚ ਸਰੀਏ ਪਾ ਦਿਓ, ਜਿਹੜੇ ਪਹਿਲੇ ਚੁੱਕੇ ਨਹੀਂ, ਹੁਣ ਮੈਂ ਨਹੀਂ ਇਹਨਾਂ ਨੂੰ ਚੁੱਕਣ ਦੇਣਾ। ਕਿਆਮਤ ਦੀ ਨਿਸ਼ਾਨੀ ਵੇਖ ਕੇ ਲੋਕ ਚੁੱਕਣ ਲੱਗਣ, ਮਗਰ ਅਸੀਂ ਕੋਈ ਸੋਚਦੇ? ਪੀਰ ਵਾਰਿਸ ਸ਼ਾਹ ਨੇ ਲਿਖਿਆ, ਵੀਰ ਵਾਰਿਸ ਸ਼ਾਹ ਨੇ ਨਾ ਲਿਖਿਆ, ਵਾਰਸ਼ਾ ਨਮਾਜ਼ ਦਾ ਕਰਜ਼ ਪਾਰਾ ਸਿਰੋਨਾ ਦਿਨ ਬੜਾ ਵਾਸਤਾਈ, ਵਾਰਸ਼ਾ ਨਮਾਜ਼ ਦੇ ਤਾਰਕਾਂ ਨੂੰ ਕੁੱਤਿਆਂ ਵਾਂਗ ਤਤਕਾਰੀਏ ਜੀ। ਆਂਦੇ ਨੀ ਜਿਵੇਂ ਕੁੱਤਾ ਪਲੀ ਤੇ ਮੈਂ ਬੇਨਮਾਜ਼ ਪਲੀ। ਅਗਲੀ ਗੱਲ ਸੁਣਨ ਵਾਲੀ, ਬਾਬਾ ਫਰੀਦ ਆਂਦਾ ਉੱਠ ਜਾਗ ਬਣੇ ਦਾ ਸੁੱਤਿਆ, ਤੂੰ ਜਾਣਦੇ ਮਸੀਹ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਡੇ ਨਾਲ ਫਰੀਦ। ਤੇ ਬਾਬਾ ਬੁੱਲਾ ਆਂਦਾ ਰਾਤੀ ਜਾਗੇ ਸ਼ੈਖ ਸਦਾਵੇ, ਰਾਤੀ ਜਾਗਣ ਕੁੱਤੇ ਤੈਥੀ ਉੱਤੇ, ਡਰ ਮਾਲਕ ਦਾ ਮੂਲ ਨਾ ਚੜ੍ਹਦੇ ਸਹਿ ਸਹਿ ਵੱਜਣ ਜੁੱਤੇ, ਰਾਖੀ ਮਾਲਕ ਦੀ ਕਰ ਸੁੱਤੇ ਇਧਰੋਂ ਉਧਰੋਂ ਖਾ ਲੈਂਦੇ, ਜਾਗੜੇ ਤੇ ਸੁੱਤੇ ਰਾਖੀ ਮਾਲਕ ਦੀ ਕਰ ਸੁੱਤੇ, ਉੱਠ ਬੁਲਿਆ ਤੂੰ ਯਾਰ ਮਨਾ ਲਾ ਮੇਰੇ ਬਾਜ਼ੀ ਲੈ ਗਈ ਕੁੱਤੇ। ਕੁੱਤਾ ਇੱਕ ਦਿਨ ਮਾਲਕ ਦਾ ਖਾਂਦਾ ਹੈ ਤੇ ਉਹਨੂੰ ਘਰੋਂ ਕੱਢ ਵੀ ਦੇਣ, ਉਹ ਪਾਸਿਓਂ ਖਾ ਕੇ ਪੂਛਲ ਮਾਰ ਕੇ ਹਵੇਲੀ ਦੇ ਬੂਹੇ ਅੱਗੇ ਪੈਂਦਾ। ਅੱਲਾ, ਇਹ ਕੈਸਾ ਮੰਜ਼ਰ ਹੋਏਗਾ ਜਿਹਦੇ ਨਾਲ ਬੰਦੇ ਨੂੰ ਆਪਣੇ ਰੱਬ ਦੀ ਪਹਿਚਾਣ ਹੋ ਜਾਵੇ। ਚਲਿਆ ਕੁੱਤਾ ਆ ਕੇ ਮਾਲਕ ਦੀ ਪਹਿਚਾਣ ਕਰ। ਇਮਾਮ ਸ਼ਾਫੀ ਕਹਿੰਦੇ ਨੇ ਬੇਨਮਾਜ਼ ਨੂੰ ਫਾਂਸੀ ਲਾ ਦੇਣਾ ਚਾਹੀਦਾ। ਪੀਰ ਅਬਦੁਲ ਕਾਦਰ ਜਿਲਾਨੀ ਬਗਦਾਦ ਵਾਲਾ ਪੀਰ ਕਹਿੰਦਾ ਹੈ, ਬੇਨਮਾਜ਼ ਨੂੰ ਰੂੜੀ ਤੇ ਇੰਜ ਸੁੱਟ ਕੇ ਆਓ ਜਿਵੇਂ ਮੋਇਆ ਕੁੱਤਾ ਸੁੱਟ ਕੇ ਆਈ ਹੈ। ਇਹਨੂੰ ਮੁਸਲਮਾਨਾਂ ਦੀਆਂ ਕਬਰਸਤਾਨ 'ਚ ਵੀ ਨਾ ਨੱਪੋ। ਤੇ ਮਾਮ ਅਹਿਮਦ ਕਹਿੰਦੇ ਨੇ, ਬੇਨਮਾਜ਼ ਨੂੰ ਉਧਾਰ ਨਾ ਦਵੋ, ਜਿਹੜਾ ਰੱਬ ਦਾ ਕਰਜ਼ਾ ਨਹੀਂ ਉਤਾਰ ਸਕਦਾ, ਤੇਰਾ ਕਰਜ਼ਾ ਕਿਵੇਂ ਉਤਾਰ? ਇਮਾਮ ਅਬੂ ਹਨੀਫਾ ਰਹਿਮਤੁਲਾ ਅਲੈਹ ਕਹਿੰਦੇ ਨੇ ਕਿ ਬੇਨਮਾਜ਼ ਨੂੰ ਕੈਦ ਕਰ ਦੇਣਾ ਚਾਹੀਦਾ, ਜਦ ਤੱਕ ਨਮਾਜ਼ੀ ਨਾ ਬਣੇ ਉਹਨੂੰ ਜੇਲੋਂ ਕੱਢਣਾ ਨਹੀਂ ਚਾਹੀਦਾ। ਅਸੀਂ ਨਮਾਜ਼ ਨਾਲ ਕਿੰਨਾ ਕੁ ਪਿਆਰ ਪਾਇਆ, ਬਸ ਗੱਲਾਂ ਕਰ ਚੜ੍ਹਨੇ, ਲਾਲਾ ਲਾਲਾ ਕਰ ਚੜ੍ਹਨ। ਅਸੀਂ ਸਫ਼ਰ 'ਚ ਰਹਿੰਦੇ, ਦੋ ਰਕਾਤਾਂ ਪੜ੍ਹਨੀਆਂ ਹੁੰਦੀਆਂ, ਚਲੋ ਦੋ ਰਕਤਾਂ ਸਫ਼ਰ 'ਚ ਭੱਜ ਕੇ ਪੜ੍ਹ ਲਿਆ ਕਰੋ। ਜ਼ੋਹਰ ਅਸਰ ਇਕੱਠੀ ਕਰ ਸਕਦੇ ਹੋ, ਮਗਰ ਵਿਸ਼ਾ ਇਕੱਠੀ ਕਰ ਸਕਦੇ, ਤੁਸੀਂ ਸਫ਼ਰ 'ਚ ਵੀ ਨਮਾਜ਼ ਨਹੀਂ ਪੜ੍ਹਦੇ, ਹੋ ਸਕਦਾ ਜ਼ਿੰਦਗੀ ਦਾ ਸਫ਼ਰ ਹੀ ਆਖਰੀ ਹੋਵੇ, ਸਫ਼ਰ 'ਚ ਵੀ ਨਹੀਂ ਦੋ ਰਕਤਾਂ ਪੜ੍ਹਦੇ, ਪਤਾ ਨਹੀਂ ਜ਼ਿੰਦਗੀ ਦਾ ਸਫ਼ਰ ਆ। ਮੇਰੇ ਨਬੀ ਫਰਮਾਉਂਦੇ ਨੇ
अज मेरे गल करोना जे किसी ने कोई लेना देना हो तो मैं हाजिर हूं कदी तू ही नमाज सलाम फेर के कर जाए बीमार पै जे फोन करया कर पुत्रों मस्जिद नमाजियां नू ले आउना जाओ जाके ले आउना मैं जिंदगी दे गुनाह कोई ना कोई कीते नहीं यारा नाल ज्यादती कीती तू भी कदी कहो मेरे बाबल जायो मैनू अल्लाह वास्ते माफ कर दिया जे मेरे नमाजी भराओ मैनू अल्लाह वास्ते माफ कर दिया जे कदी तू भी कहा वे ओ मेरे सज्जन मैनू अल्लाह वास्ते माफ कर दिया जे कदी कहा वे दस ना मेरे नबी फरमांदे ने किसे लेना देना होवे ते दसो एक सियाबी आंदा सोने मैं एक दिरम दिनार लेना है आप फरमांदे ने इनू एदा दिनार दे दोना एदा दिरम दे दोना फजल इब्ने अब्बास इनू एदा दिरम दिनार दे दोना एदा इनू दिरम दिनार दे दोना आप फरमांदे ने फजल इब्ने अब्बास इनू एदा दिरम दिनार दे दोना कहंदे ने सोने मैं ले लैना है अगली गल आखरी है मेरे नबी फरमांदे ने जे किसे बदला लेना होवे ते मैं हाजिर हां वेख मेरे नबी नू किन्नियां फिकरां है आप फरमांदे ने ਇੱਥੋਂ ਦੇ ਬਦਲੇ ਚੁਕਾਏ ਸੌਕੇ ਨੇ ਅਗਲੇ ਬਦਲੇ ਚੁਕਾਏ ਬੜੇ ਔਖੇ ਨੇ ਉੱਥੇ ਬਦਲੇ ਚੁਕਾਉਣੇ ਬੜੇ ਔਖੇ ਨੇ ਅੱਲਾ ਦੀ ਅਦਾਲਤ 'ਚ ਜਵਾਬ ਦੇਣੇ ਬੜੇ ਔਖੇ ਨੇ ਓਏ ਸੋਹਣੇ ਸਿਆਲ ਕੋਟੀਆਂ ਓਏ ਮੇਰੇ ਆ ਸੋਹਣੇ ਚੱਲਣਾ ਤੈਨੂੰ ਫਿਕਰ ਨਹੀਂ ਰਹਿ ਵੀ ਨਾ ਸੁਣ ਮੇਰਾ ਧਿਆਨ ਲੈ ਵੀ ਪੈਰੇ ਤੂੰ ਧਿਆਨ ਨਾ ਸਾਡਾ ਮੇਰੇ ਵੀਰਾਂ ਤੂੰ ਧਿਆਨ ਨਾ ਸਾਡਾ ਆਪ ਫਰਮਾਉਂਦੇ ਨੇ ਇੱਥੇ ਹੀ ਬਦਲੇ ਉਤਾਰ ਲਓ ਇੱਕ ਸਿਆਬੀ ਕੜਾ ਹੋ ਗਿਆ ਕਹਿੰਦਾ ਸੋਹਣੇ ਮੈਂ ਬਦਲਾ ਲੈਣਾ ਤੁਸੀਂ ਮੈਨੂੰ ਇੱਕ ਦਫ਼ਾ ਛੜੀ ਮਾਰੀ ਸੀ ਆਪ ਫਰਮਾਉਂਦੇ ਨੇ ਇਹਨੂੰ ਅੱਗੇ ਆਉਣ ਦਿੱਤਾ ਜਾਏ ਮਸਜਿਦ ਨਬਵੀ ਚ ਕਹਿਰਾਮ ਮਚ ਗਿਆ ਸਹਾਬਾ ਦੀਆਂ ਸਿਸ਼ਟੀਆਂ ਨਿਕਲਣਾ ਪਈਆਂ ਅੱਗੇ ਨਬੀ ਪਾ ਕਹਿੰਦੇ ਕਮਜ਼ੋਰ ਹੋ ਗਏ ਬੁਖਾਰ ਬੜਾ ਹੈ ਇਹ ਕੌਣ ਬਦਲਾ ਲੈਣ ਉੱਠ ਪਏ ਜਿੰਨਾ ਕਦੀ ਮੁਸਤਫਾ ਦੇ ਲਵਾਬ ਨੂੰ ਜ਼ਮੀਨ ਤੇ ਨਹੀਂ ਡਿੱਗਣ ਦਿੱਤਾ ਅੱਜ ਛੜੀ ਵੱਜਦੀ ਕਿਵੇਂ ਵੇਖ ਸਕਦੇ ਇਲਾ ਮੁਸਤਫਾ ਦਾ ਪਸੀਨਾ ਕਦੀ ਜ਼ਮੀਨ ਤੇ ਨਹੀਂ ਅੱਲਾਹ ਦੇ ਫੈਸਲੇ ਅੱਗੇ ਕਿੰਨੇ ਬੰਦੇ ਲੋਕ ਹਜ਼ਰਤ ਉਮਰ ਦੀਆਂ ਅੱਖਾਂ ਡੁੱਲਣ ਲੱਗ ਪਈਆਂ ਜਿਨ੍ਹਾਂ ਨਬੀ ਪਾਕ ਦੀ ਦਾੜੀ ਵੱਲ ਕਦੀ ਉਂਗਲ ਨਹੀਂ ਕਰਨ ਦਿੱਤੀ ਸੀ ਅੱਜ ਮੁਸਤਫਾ ਵੱਲ ਇਹ ਬੰਦਾ ਜਾ ਰਿਹਾ ਆਹਿਸਤਾ ਆਹਿਸਤਾ ਮੁਸਤਫਾ ਦੇ ਕਰੀਬ ਆ ਗਿਆ ਆਪ ਫਰਮਾਉਂਦੇ ਨੇ ਹੁਣ ਮੇਰੇ ਬੱਚੇ ਕਰੀਬ ਆਉਣਾ ਆਉਂਦੇ ਨੇ ਸੋਹਣਿਆ ਆਹਿਸਤਾ ਆਹਿਸਤਾ ਕਰੀਬ ਆਉਣਾ ਬੱਚੇ ਆਪ ਫਰਮਾਉਂਦੇ ਨੇ ਲੈ ਉਹ ਮੇਰਿਆ ਬੱਚਿਆ ਬਦਲਾ ਕਾਹਦਾ ਲੈਣਾ ਹੈ ਸੋਹਣਿਆ ਤੁਸਾਂ ਮੈਨੂੰ ਇੱਕ ਦਫ਼ਾ ਛੜੀ ਮਾਰੀ ਸੀ ਮੇਰੇ ਨਬੀ ਫਰਮਾਉਂਦੇ ਨੇ ਮੇਰੇ ਬੱਚੇ ਨੂੰ ਛੜੀ ਦਵਾਉਣਾ ਆਉਂਦਾ ਸੋਹਣਿਆ ਜਿਹੜੀ ਛੜੀ ਨਾਲ ਤੁਸਾਂ ਮੈਨੂੰ ਮਾਰਿਆ ਸੀ ਉਹ ਅੱਸਾ ਮੁਬਾਰਕ ਤੁਹਾਡੇ ਹੱਥ ਅੰਦਰ ਹੈ ਜਨਾਬ ਦੇ ਹੱਥ ਅੰਦਰ ਹੈ ਮੇਰੇ ਨਬੀ ਫਰਮਾਉਂਦੇ ਨੇ ਅਬੂ ਬਕਰ ਜ਼ਰਾ ਮੈਨੂੰ ਟੇਕ ਲਾਉਣਾ ਇਹਨੂੰ ਮੇਰਾ ਅੱਸਾ ਦਵਾਉਣਾ ਅੱਸਾ ਮੁਬਾਰਕ ਦੇ ਦਿੱਤਾ ਹੈ ਕਿੱਥੋਂ ਲੈ ਕੇ ਆਵਾਂ ਐਸਾ ਮੁਰਸ਼ਦ ਕਿੱਥੋਂ ਲੈ ਕੇ ਆਵਾਂ ਐਸਾ ਰਾਬਰ ਕਿੱਥੋਂ ਲੈ ਕੇ ਆਵਾਂ ਐਸਾ ਪੀਰ ਕਿੱਥੋਂ ਲੈ ਕੇ ਆਵਾਂ ਐਸਾ ਦਲ ਕਿੱਥੋਂ ਲੈ ਕੇ ਆਵਾਂ ਐਸੀ ਅਦਾਲਤ ਕਿੱਥੋਂ ਲੈ ਕੇ ਆਵਾਂ ਐਸਾ ਰਾਬਰ ਆਪ ਫਰਮਾਉਂਦੇ ਨੇ ਅੱਗੇ ਆਉਣਾ ਇਹਨੇ ਛੜੀ ਪਕੜੀ ਹੈ ਸਿਆਬਾ ਦੀਆਂ ਚੀਖਾਂ ਨਿਕਲ ਗਈਆਂ ਮਸਤੇ ਨਬੀ ਚ ਰੋਣੇ ਦੀ ਆਵਾਜ਼ ਪਰਮੰਦਰ ਲੈ ਉਹ ਮੇਰੇ ਬੱਚੇ ਛੜੀ ਲੈ ਬਦਲਾ ਲੈ ਸਕਦਾ ਹੈ ਪਤਾ ਨਹੀਂ ਸਾਂ ਜ਼ਿੰਦਗੀ ਦੇ ਕਿੰਨੇ ਰਹਿ ਗਏ ਨੇ ਇਹ ਕਰੀਬ ਆਏ ਆਹਿਸਤਾ 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 ਮੁਸਤਫਾ ਦੇ ਕਰੀਬ ਆ ਗਏ ਸਹਾਬਾ ਦੇ ਕਦਮਾਂ ਦੇ ਥੱਲੇ ਜ਼ਮੀਨ ਨਿਕਲਣਾ ਸ਼ੁਰੂ ਹੋ ਗਈ ਇਹਨੇ ਛੜੀ ਪਕੜੀ ਏ ਨਬੀ ਪਾਕ ਦੇ ਕਰੀਬ ਆਇਆ ਏ ਜ਼ਮੀਨ ਤੇ ਰੱਖ ਦਿੱਤੀ ਏ ਮੁਸਤਫਾ ਨੂੰ ਹੋਣ ਕੇ ਕਹਿੰਦਾ ਸੋਹਣਿਆ ਅਕੀਮ ਗਜ਼ਵਾ
ਸੋਹਣਿਆ ਇਨਸਾਫ ਕਰਾਉਣਾ ਆਪ ਫਰਮਾਉਂਦੇ ਨੇ ਉਹ ਮੇਰੇ ਬੱਚੇ ਜੇ ਅਰਸ਼ ਦੇ ਨੀਚੇ ਤੇ ਫਰਸ਼ ਦੇ ਉੱਤੇ ਮੈਂ ਇਨਸਾਫ ਨਹੀਂ ਕਰਨਾ ਤੇ ਕਿਵੇਂ ਕਰਨਾ ਹੈ ਕਹਿੰਦੇ ਨੇ ਸੋਹਣਿਆ ਜਦੋਂ ਤੁਸਾਂ ਮੈਨੂੰ ਛੜੀ ਮਾਰੀ ਮੇਰੇ ਜਿਸਮ ਤੇ ਕੁੜਤਾ ਨਹੀਂ ਸੀ ਅੱਜ ਤੁਹਾਡੇ ਜਿਸਮ ਮੁਬਾਰਕ ਤੇ ਕੁੜਤਾ ਮੁਬਾਰਕ ਹੈ ਆਪ ਫਰਮਾਉਂਦੇ ਨੇ ਅੱਖਾਂ ਡੁੱਲ ਪਈਆਂ ਨਬੂਵਤ ਵਾਲੇ ਹੱਥ ਮੇਰੇ ਨਬੀ ਨੇ ਇਹ ਜੀ ਕੁੜਤਾ ਉਠਾਇਆ ਆਪ ਫਰਮਾਉਂਦੇ ਨੇ ਲੈ ਉਹ ਮੇਰੇ ਬੱਚੇ ਅੱਗੇ ਆਉਣਾ ਬਦਲਾ ਲੈ ਸਕਦਾ ਹੈ ਆਹਿਸਤਾ ਆਹਿਸਤਾ ਮੁਸਤਫਾ ਵੱਲ ਆਇਆ ਅੱਲਾ ਜਾਣਦਾ ਛੜੀ ਸਾਈਡ ਤੇ ਰੱਖ ਦਿੱਤੀ ਤੇ ਉੱਚੀ ਉੱਚੀ ਹਜ਼ੂਰ ਨਾਲ ਜੱਪਾ ਪਾ ਕੇ ਚੁੰਮਣ ਲੱਗ ਪਿਆ ਰੋਈ ਜਾ ਰਿਹਾ ਹੈ ਆਪ ਫਰਮਾਉਂਦੇ ਨੇ ਮੇਰੇ ਬੱਚੇ ਬਦਲਾ ਕਿਉਂ ਨਹੀਂ ਲਿਆ ਆਂਦਾ ਸੋਹਣਿਆ ਤੁਸੀਂ ਮੈਨੂੰ ਇੱਕ ਦਫ਼ਾ ਸਫ਼ਾ ਦਰੁਸਤ ਕਰਦੇ ਹੋ ਮੇਰੀ ਗਲਤੀ ਤੋਂ ਸਭ ਦੇ ਅੰਦਰ ਛੜੀ ਮਾਰੀ ਸੀ ਉਹਦੇ 'ਚ ਮੇਰੀ ਗਲਤੀ ਸੀ ਤੁਸਾਂ ਮੈਨੂੰ ਮਾਰ ਦਿੱਤੀ ਸੀ ਛੜੀ ਸੋਹਣਿਆ ਨਬੀਆ ਅਜ਼ੀਜ਼ੋ ਨਹੀਂ ਮਾਨ ਤੁਮ ਅਰੀ ਸੁਣਾ ਨਹੀਂ ਤੁਮ ਨਿਰਮੁਖ ਮੈਨੂੰ ਯਾਰ ਇਸ ਤਰ੍ਹਾਂ ਗੜਬੜ ਨਾ ਕਰਾਓ ਅਜ਼ੀਜ਼ੋ ਨਹੀਂ ਮਾਨ ਤੁਮ ਅਰੀ ਸੁਣਾ ਨਹੀਂ ਤੁਮ ਨਿਰਮੁਖ ਮੈਨੂੰ ਅੱਲਾ ਦੇ ਨਬੀ ਫਰਮਾਉਂਦੇ ਨੇ ਬੋਲ ਸੋਹਣਿਆ ਤੁਸੀਂ ਤੇ ਕਦੀ ਬਗਾਨਿਆਂ ਦਾ ਬੁਰਾ ਨਹੀਂ ਸੋਚਿਆ ਆਪਣੇ ਪਰਵਾਨਿਆਂ ਨੂੰ ਕਿਵੇਂ ਜ਼ਿਆਦਤੀ ਕਰਦੇ ਮੈਂ ਤੇ ਤੁਹਾਡਾ ਮਰੀਦ ਤੁਸੀਂ ਮੇਰੇ ਮੁਰਸ਼ਦ ਮੈਂ ਤੁਹਾਡਾ ਸ਼ਗਿਰਦ ਤੁਸੀਂ ਮੇਰੇ ਉਸਤਾਦ ਤੁਸੀਂ ਮੇਰੇ ਆਕਾ ਤੇ ਮੈਂ ਤੁਹਾਡਾ ਗੁਲਾਮ ਜਿਹੜੀ ਛੜੀ ਤੁਸਾਂ ਮਾਰੀ ਉਹ ਤੇ ਮੈਂ ਇੱਕ ਬਹਾਨਾ ਕੀਤਾ ਸੀ ਰਹੀ ਗੱਲ ਮੈਂ ਮਦੀਨੇ ਚ ਕਰਮਾਲ ਵੇਖਿਆ ਜਿਹਨੂੰ ਤੰਦੂਰ ਦੀ ਅੱਗ ਨੇ ਨਾ ਸਾੜਿਆ ਮੈਂ ਪੁੱਛਿਆ ਇਹਨੂੰ ਕਿਉਂ ਨੀ ਸਾੜਿਆ ਆਂਦੇ ਨਬੀ ਪਾਕ ਦਾ ਪਸੀਨਾ ਲੱਗਾ ਏ ਕਹਿੰਦਾ ਮੈਨੂੰ ਅੱਜ ਖਾਸ ਪੈਦਾ ਹੋ ਗਈ ਕਿ ਨਬੀ ਪਾਕ ਦੇ ਜਿਸਮ ਨਾਲ ਲੱਗ ਜਾ ਮੌਕਾ ਹੀ ਅੱਲਾ ਤੇਰੇ ਤੋਂ ਜਹੰਨਮ ਦੀ ਅੱਗ ਹੀ ਹਰਾਮ ਕਰ ਦੇਵੇਗਾ ਆਪ ਫਰਮਾਉਂਦੇ ਨੇ ਇਹਨੂੰ ਛੜੀ ਦੇ ਦਿੱਤੀ ਜਾਏ ਹਜ਼ਰਤ ਉਮਰ ਕਹਿੰਦੇ ਨੇ ਮੈਨੂੰ ਇੰਜ ਲੱਗਾ ਜਿਵੇਂ ਕਿਆਮਤ ਹੋਣ ਇਹ ਤੇ ਮਦੀਨੇ ਕੀ ਰਿਆਸਤ ਕੇ ਹੁਕਮਰਾਨ ਆਪ ਫਰਮਾਉਂਦੇ ਨੇ ਇਹਨੂੰ ਮੇਰੀ ਛੜੀ ਦਵਾ ਸੋਹਣਿਆ ਮੇਰੇ ਜਿਸਮ ਤੇ ਕੁੜਤਾ ਸੀ ਤੁਹਾਡੇ ਜਿਸਮ ਮੇਰੇ ਜਿਸਮ ਤੇ ਕੁੜਤਾ ਨਹੀਂ ਤੁਹਾਡੇ ਜਿਸਮ ਤੇ ਕੁੜਤਾ ਮੁਬਾਰਕ ਹੈ ਆਪ ਫਰਮਾਉਂਦੇ ਨੇ ਇਹਨੂੰ ਛੜੀ ਦੇਵੋ ਨਾ ਕੁੜਤਾ ਉਠਾਇ ਲੈ ਉਹ ਮੇਰੇ ਪੁੱਤਰ ਬਦਲਾ ਲੈ ਸਕਦਾ ਆਜ ਕਿਤਨੇ ਮੁਸਲਮਾਨ ਜਿਨ੍ਹਾਂ ਕੋਲ ਬੇਟੀਆਂ ਦੇ ਹਿੱਸੇ ਨਹੀਂ ਦਿੱਤੇ ਜਾਂਦੇ ਬੇਟਿਆਂ ਦੇ ਹਿੱਸੇ ਨਹੀਂ ਦਿੱਤੇ ਜਾਂਦੇ ਭਰਾਵਾਂ ਦੇ ਹਿੱਸੇ ਨਹੀਂ ਦਿੱਤੇ ਜਾਂਦੇ ਭੈਣਾਂ ਦੇ ਹਿੱਸੇ ਨਹੀਂ ਦਿੱਤੇ ਜਾਂਦੇ ਤੇਰਾ ਨਬੀ ਇੱਕ ਛੜੀ ਦਾ ਬਦਲਾ ਵੀ ਦੇਣ ਵਾਸਤੇ ਤਿਆਰ ਹੈ ਅੱਜ ਕਿਤਨੇ ਬੈਠੇ ਸਾਨੂੰ ਕੋਈ ਫਿਕਰ ਹੀ ਨਹੀਂ ਜਿਤਨੇ ਫੌਤ ਹੋਏ ਕਰਜ਼ੇ ਦੂਰ ਫਰਮਾ ਅੱਲਾ ਸਭ ਦੀਆਂ ਮੁਸ਼ਕਲਾਂ ਸਾਫ ਫਰਮਾ ਆਪਣੇ ਮਾਬੂਦ ਦੀ ਸੱਚੀ ਮੁਹੱਬਤ ਅਤਾ ਫਰਮਾ ਇਸਲਾਮ ਦੀ ਕੈਦ ਫਰਮਾ ਇਸ ਮਸਜਿਦ ਦੀਆਂ ਆਬਾਦੀਆਂ ਕਰਨ